ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਮੈਂ ਜੀ ਆਇਆਂ। ਥੈਂਕ ਯੂ ਜੀ, ਸ਼ੁਕਰੀਆ ਜੀ। ਜਿਹੜਾ ਕੰਮ ਪੰਜਾਬ ਦੀਆਂ ਸਿਆਸੀ ਪਾਰਟੀਆਂ ਨਹੀਂ ਕਰ ਸਕੀਆਂ, ਸਿਆਸਤਦਾਨ ਨਹੀਂ ਕਰ ਸਕੇ, ਉਹ ਕਿਸਾਨ ਯੂਨੀਅਨ ਨੇ ਕਰਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਚੰਡੀਗੜ੍ਹ ਦੇ 34 ਸੈਕਟਰ 'ਚ ਡੇਰੇ ਲਾ ਲਏ ਗਏ। ਇੱਕ ਅਰਸਾ ਹੋ ਗਿਆ ਅਸੀਂ ਦੇਖ ਰਹੇ ਹਾਂ ਕਿ ਜਦੋਂ ਵੀ ਕੋਈ ਸਿਆਸੀ ਧਿਰ ਜਾਂ ਕੋਈ ਸਮਾਜਿਕ ਸੰਗਠਨ ਜਾਂ ਕੋਈ ਇੰਪਲਾਈਜ਼ ਯੂਨੀਅਨਸ ਸੱਦਾ ਦਿੰਦੀਆਂ ਨੇ ਚੰਡੀਗੜ੍ਹ ਕੂਚ ਕਰਨ ਦਾ, ਭਾਵੇਂ ਉਹ ਰਾਜ ਭਵਨ ਹੋਵੇ, ਵਿਧਾਨ ਸਭਾ ਹੋਵੇ, ਕਿਸੇ ਪਾਸੇ ਵੀ ਹੋਵੇ, ਸੈਕਟਰੀਏਟ ਵੱਲ ਜਾਣਾ ਚਾਹੁਣ, ਤੇ ਕਦੇ ਵੀ ਚੰਡੀਗੜ੍ਹ 'ਚ ਪੈਰ ਨਹੀਂ ਧਰ ਸਕੀਆਂ। ਲੇਕਿਨ ਜਦੋਂ ਇਹ ਸੱਦਾ ਕਿਸਾਨ ਯੂਨੀਅਨ ਨੇ ਬੁਲਾਇਆ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਰ ਖੋਲ੍ਹਤੇ ਨੇ, ਔਰ 34 ਸੈਕਟਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡੇਰਾ ਗੱਡ ਕੇ ਬਹਿ ਗਈ ਆ। ਹੁਣ SKM ਵੀ ਬਹੁਤ ਜਲਦੀ ਉੱਥੇ ਜਾਣ ਵਾਲਾ ਹੈ, ਕੱਲ ਨੂੰ ਪੰਜਾਬ ਵਿਧਾਨ ਸਭਾ ਵੱਲ ਕੂਚ ਕਰਨਾ ਕਿਸਾਨ ਜਥੇਬੰਦੀਆਂ ਨੇ। ਸਵਾਲ ਕਾਫੀ ਅਹਿਮ ਆ, ਮਾਮਲਾ ਪੰਜਾਬ ਦੀ ਖੇਤੀ ਨੀਤੀ ਨਾਲ ਵੀ ਜੁੜਿਆ ਤੇ ਹੋਰ ਮਾਮਲਿਆਂ ਨਾਲ ਜੁੜਿਆ। ਇਹਨੂੰ ਸਮਝਦੇ ਆ ਕਿ ਆਖਿਰ ਜਿਹੜਾ ਇਹ ਰਾਹ ਦਿੱਤਾ ਗਿਆ ਇਹਨੂੰ ਕੇਂਦਰ ਔਰ UT ਜਾਂ ਪੰਜਾਬ ਸਰਕਾਰ ਦੇ ਨਜ਼ਰੀਏ ਤੋਂ ਕਿਵੇਂ ਸਮਝਿਆ ਜਾਵੇ, ਆਪਸੀ ਸਮਝੌਤੇ ਦੇ ਨਜ਼ਰੀਏ ਤੋਂ, ਟਕਰਾਅ ਦੇ ਨਜ਼ਰੀਏ ਤੋਂ, ਤਾਕਤ ਦੇ ਨਜ਼ਰੀਏ ਨੂੰ, ਕੋਈ ਧਿਰ ਡੋਮੀਨੇਟ ਕਰ ਜਾਂਦੀ ਹੈ ਜਾਂ ਵੱਡੀ ਸਟਰਗਲ ਕਰਨ ਵਾਲੀ ਆ ਜਿਹਨੂੰ ਰੋਕਿਆ ਨਹੀਂ ਜਾ ਸਕਦਾ, ਜਾਂ ਫਿਰ ਕੋਈ ਵਿਚਲਾ ਰਸਤਾ। ਇਹ ਬੜੇ ਪਹਿਲੂ ਨੇ, ਪੰਜਾਬ ਦਾ ਸੰਘਰਸ਼ਸ਼ੀਲ ਮਾਦਾ ਇਹਦੇ ਵਿੱਚ ਖੜਾ ਹੈ ਜਾਂ ਫਿਰ ਕੋਈ ਹੋਰ ਪਹਿਲੂ ਵੀ ਨੇ, ਸਮਝਦੇ ਆ ਇਹਨੂੰ, ਔਰ ਇੱਥੋਂ ਅੱਗੇ ਕਿਵੇਂ। ਫਿਲਹਾਲ ਤਾਂ 5 ਦਿਨਾਂ ਲਈ ਉਹਨਾਂ ਨੇ ਕਿਹਾ, ਲੇਕਿਨ ਕੀ ਚੰਡੀਗੜ੍ਹ ਦੇ ਵਿੱਚ ਇਹ ਵੱਡਾ ਹੋਣ ਵਾਲਾ ਮੋਰਚਾ, ਕੀ ਜਦੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਾਲੇ ਮਾਮਲੇ 'ਚ ਵੀ ਕਿਹਾ ਗਿਆ ਸੀਗਾ ਕਿ ਉਹ ਚੰਡੀਗੜ੍ਹ ਨੂੰ ਲੈ ਕੇ, ਪਾਣੀਆਂ ਨੂੰ ਲੈ ਕੇ ਧਰਨਾ ਦੇਣਗੇ, ਚੰਡੀਗੜ੍ਹ ਘੇਰਨਗੇ, ਚੰਡੀਗੜ੍ਹ 'ਚ ਮੋਰਚਾ ਲਾਉਣਗੇ, ਤੇ ਹੁਣ ਤੱਕ ਉਹ ਖਟਾਈ 'ਚ ਰਿਹਾ, ਪੈਂਡਿੰਗ ਤੁਰਿਆ ਆਉਂਦਾ। ਖੈਰ ਸਮਝਦੇ ਆ ਸਾਰੇ ਮਾਮਲੇ ਨੂੰ। ਉੱਧਰ ਅਕਾਲੀ ਪੋਲੀਟਿਕਸ ਵਿੱਚ ਹੋਰ ਨਵੇਂ ਨਵੇਂ ਕੋਣ ਸਾਹਮਣੇ ਆ ਰਹੇ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕੁਛ ਪਿੰਡਾਂ ਗੁਰਦੁਆਰਾ ਕਮੇਟੀਆਂ ਨੇ ਮਤੇ ਭੇਜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਇੱਕ ਖਬਰ ਚੱਲ ਰਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਅਹੁਦੇ ਨਾਲੋਂ ਵੱਖ ਕੀਤਾ ਜਾਵੇ ਜਾਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਪਾਸੇ ਕੀਤਾ ਜਾਵੇ, ਇਸ ਮੰਗ ਵਾਲੀ ਕੀ ਕੋਈ ਵੱਡੀ ਮੰਗ ਹੋ ਰਹੀ ਆ, ਇਹਦੇ 'ਚ ਵਿਸਥਾਰ ਹੋ ਰਿਹਾ, ਇਹਨੂੰ ਵੀ ਸਮਝਣ ਦਾ ਯਤਨ ਕਰਦੇ ਹਾਂ। ਇਸੇ ਵੇਲੇ ਬਹਿਬਲ ਕਲਾਂ ਦੇ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਚੋਣ ਲੜਨ ਦਾ ਐਲਾਨ ਕਰਤਾ। ਪੰਥਕ ਸਭਾ ਦੇ ਵਿੱਚ ਨਿਤ ਨਵੀਂ ਡਿਵੈਲਪਮੈਂਟ ਹੋ ਰਹੀ ਆ, ਇਹਨੂੰ ਵੀ ਸਮਝਦੇ ਆ। ਇਸ ਤੋਂ ਪਹਿਲਾਂ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਜੁੜੇ ਹੋਏ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਨੇ ਵੀ ਐਸਾ ਐਲਾਨ ਕੀਤਾ ਹੋਇਆ। ਸੋ ਬਾਜੇ ਕੇ ਜਿਹਨੂੰ ਕਹਿੰਦੇ ਆ, ਬਾਜੇ ਕੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ, ਕੁਝ ਇਹੋ ਜਿਹਾ ਲਫ਼ਜ਼ ਉਹਦੇ ਨਾਲ ਵਰਤਿਆ ਜਾਂਦਾ। ਸੋ ਇਹਦੇ ਉੱਤੇ ਵੀ ਜਾਣੇ ਆ, ਮੈਂ ਜੇ ਸਰਦਾਰ ਹਮੀਰ ਸਿੰਘ ਜੀ ਸਮਝਣਾ ਚਾਹਵਾਂ, ਚੰਡੀਗੜ੍ਹ ਦੇ ਵਿੱਚ ਕਿਸਾਨੀ ਦਾ ਜਲੌ ਦੇਖਿਆ ਜਾ ਰਿਹਾ, ਧੜਾ ਧੜ ਟਰੈਕਟਰ ਟਰਾਲੀਆਂ ਤੇ ਹੋਰ ਵਾਹਨ ਆ ਰਹੇ ਸੀਗੇ। 34 ਸੈਕਟਰ ਦੀ ਗਰਾਊਂਡ ਦੇ ਵਿੱਚ ਕਾਫੀ ਵੱਡਾ ਇਕੱਠ ਹੋ ਚੁੱਕਿਆ ਔਰ ਇਕੱਠ ਵੱਧਦਾ ਹੀ ਜਾ ਰਿਹਾ। ਕੱਲ ਕਿਸਾਨ ਜਥੇਬੰਦੀਆਂ ਨੇ ਕੂਚ ਕਰਨਾ ਵਿਧਾਨ ਸਭਾ ਵੱਲ, ਜਿਹੜਾ ਇਹ ਚੰਡੀਗੜ੍ਹ 'ਚ ਕਦਮ ਧਰਨਾ ਦੇਰ ਬਾਅਦ, ਇਹਨੂੰ ਮੈਂ ਕਿਵੇਂ ਦੇਖਾਂ? ਇਹ ਕਿਸਾਨ ਯੂਨੀਅਨ ਦੀ ਤਾਕਤ ਨੂੰ ਧਿਆਨ 'ਚ ਰੱਖ ਕੇ ਦੇਖੀਏ, ਉਹਨੂੰ ਰੋਕ ਨਾ ਸਕਣ ਨਾਲੋਂ ਸਮਝੌਤਾਵਾਦੀ ਅਪਰੋਚ ਪ੍ਰਸ਼ਾਸਨ ਦੀ, UT ਪ੍ਰਸ਼ਾਸਨ ਦੀ ਸਮਝੀਏ, ਇਹਨੂੰ ਇੱਕ ਜਿੱਤ ਮੰਗ ਲਈਏ। ਪੋਲੀਟੀਕਲ ਪਾਰਟੀਆਂ ਦੇ ਕੰਪੈਰੇਟਿਵਲੀ ਡੋਮੀਨੇਸ਼ਨ ਇਹਨਾਂ ਧਿਰਾਂ ਦੀ ਆ, ਇਵੇਂ ਲਈਏ ਇਹਨੂੰ, ਇਹਨੂੰ ਮੈਂ ਕਿਵੇਂ ਸਮਝਣ ਦਾ ਯਤਨ ਕਰਾਂ? ਇਹ ਜਿਹੜਾ ਮਾਮਲਾ, ਇਹ ਬੇਸਿਕਲੀ ਡੈਮੋਕ੍ਰੇਸੀ ਦਾ ਮਾਮਲਾ ਹੈ। ਓਵਰਆਲ ਤਾਂ ਦੇਖਿਆ ਜਾਏ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਬਹੁਤ ਨੇੜੇ ਜਾ ਕੇ ਸਰਕਾਰਾਂ ਦੇ ਕੋਲ ਜਾ ਕੇ ਲੋਕ ਸਟਰਗਲ ਕਰਦੇ ਨੇ, ਔਰ ਈਵਨ ਅਜੇ ਤੱਕ ਦਿੱਲੀ 'ਚ ਵੀ ਜੰਤਰ ਮੰਤਰ ਤੇ ਜਾਂਦੇ ਨੇ, ਬਿਲਕੁਲ ਪਾਰਲੀਮੈਂਟ ਦੇ ਨੇੜੇ ਹੈ, ਜਿੱਥੇ ਤੱਕ
ਅਜੇ ਤੱਕ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ, ਵਿੱਚ ਵਿਚਾਲੇ ਕਦੇ ਕਦੇ ਹੀ ਲਾ ਦਿੰਦੇ ਨੇ ਬਾਕੀਆਂ ਤੇ ਜੇ ਇਕੱਠ ਹੋਰ ਲੈਵਲ ਦਾ ਹੁੰਦਾ। ਔਰ ਇਹ ਪਹਿਲਾ ਮਾਮਲਾ ਹੈ ਸਾਡੇ ਕੋਲ ਕਿ ਆਪਣੀ ਦੇਸ਼ ਸੂਬੇ ਦੀ ਰਾਜਧਾਨੀ ਦੇ ਵਿੱਚ ਹੀ ਹਜੇ ਤੱਕ ਕਾਮਨ ਰਾਜਧਾਨੀ ਹੈ, ਭਾਵੇਂ ਪੰਜਾਬ ਔਰ ਹਰਿਆਣਾ ਦੇ ਲੋਕ ਆਪਣਾ ਪ੍ਰੋਟੈਸਟ ਲੈ ਕੇ ਇੰਟਰ ਨਹੀਂ ਕਰ ਸਕਦੇ। ਇਹ ਟਾਪੂ ਬਣ ਗਿਆ ਇੱਕ ਲੈਵਲ ਦਾ ਡੈਮੋਕ੍ਰੇਸੀ ਦੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਏ। ਔਰ ਪੋਲੀਟੀਕਲ ਪਾਰਟੀਆਂ ਤਾਂ ਫਿਰ ਵੀ ਇੱਕ ਐਂਗਲ ਤੋਂ ਕਰ ਲੈਂਦੀਆਂ ਸੀ, ਕਿਉਂਕਿ ਉਹਨਾਂ ਦੇ ਅੰਦਰ ਦਫ਼ਤਰ ਨੇ, ਦਫ਼ਤਰ ਦੇ ਅੰਦਰੋਂ ਥੋੜੇ ਬਹੁਤ ਬੰਦੇ 500-700 ਨਿਕਲਦਾ, ਉਹਨਾਂ ਨੇ ਕਿਹੜਾ ਮਾਸ ਪ੍ਰੋਟੈਸਟ ਤਾਂ ਪੋਲੀਟੀਕਲ ਪਾਰਟੀਆਂ ਛੱਡ ਹੀ ਗਈਆਂ ਨੇ। ਬੜੇ ਲੰਮੇ ਸਮੇਂ ਤੋਂ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਜਨਤਕ ਪ੍ਰੋਟੈਸਟ ਹੁੰਦੇ ਨੇ, ਲਾਮਬੰਦੀ ਹੁੰਦੀ ਹੈ, ਉਹ ਤੋਂ ਕਿਨਾਰਾ ਕੀਤਾ ਹੋਇਆ। 3-4 ਦਹਾਕੇ ਹੋ ਗਏ ਨੇ, 3 ਦਹਾਕੇ ਤਾਂ ਪੱਕੇ ਹੀ ਹੋ ਗਏ ਨੇ ਉਦੋਂ ਪਹਿਲਾਂ ਵੀ, ਜਦੋਂ ਦੀ ਇਹ ਪਾਬੰਦੀ ਲੱਗੀ ਹੈ ਉਦੋਂ ਤਾਂ ਵੱਡਾ ਹੋਇਆ ਹੀ ਨਹੀਂ। ਉਹ ਉਹਨੇ ਕੁ ਲਿਜਾ ਕੇ ਆਪਦਾ ਘਰ ਘੁਰ ਲੈਂਦੇ ਨੇ ਤੇ ਉੱਥੇ ਪਾਣੀ ਪੂਣੀ ਜਾਂ ਪਵਾ ਕੇ ਦਫ਼ਤਰਾਂ ਦੇ ਬਾਹਰ ਚੱਲ ਜਾਂਦਾ ਕੰਮ। ਪਰ ਜਿਹੜਾ ਮਾਸ ਪ੍ਰੋਟੈਸਟ ਦਾ ਗੱਲ ਹੈ, ਇਹਨਾਂ ਨੇ ਇਹ ਕਰਤਾ ਜੀ 25 ਸੈਕਟਰ ਜਾਓ, 25 ਸੈਕਟਰ ਜਿੱਥੇ ਕ੍ਰਿਮੀਨਲ ਗਰਾਊਂਡ ਹੈ ਚੂਟੀ ਦਾ ਤੇ ਬਾਹਰ ਇੱਕ ਮੈਦਾਨ ਹੈ ਖਾਲੀ ਚੰਡੀਗੜ੍ਹ ਲੰਘ ਕੇ। ਤਾਂ ਬੇਸਿਕਲੀ ਆਰਗੇਨਾਈਜ਼ਰਾਂ ਦਾ ਇਹ ਕਹਿਣਾ ਕਿ ਅਸੀਂ ਕਿਉਂ ਪ੍ਰੋਟੈਸਟ ਕਿਉਂ ਕਰਦਾ, ਕਿਉਂ ਕਿਸੇ ਦੇ ਮੂਹਰੇ ਜਾਂਦਾ, ਤਾਂ ਕਿ ਲੋਕ ਦੇਖ ਸਕਣ ਕੋਈ ਪ੍ਰੋਟੈਸਟ ਹੋ ਰਿਹਾ, ਤਾਂ ਕਿ ਉਹ ਜਿਹੜੀ ਸੱਤਾ ਹੈ ਉਹ ਦੇਖ ਸਕੇ। ਜੇ ਇਹੋ ਜਿਹੇ ਥਾਂ ਤੁਸੀਂ ਦੇ ਦੋਗੇ ਉੱਥੇ ਬੈਠੇ ਜੋ ਮਰਜ਼ੀ ਕਰੀ ਜਾਓ ਜੀ, ਬਾਹਰ ਸਾਡਾ ਕੋਈ ਲਾਗਾ ਦੇਗਾ ਨਹੀਂ, ਤਾਂ ਉਹ ਪ੍ਰੋਟੈਸਟ ਦਾ ਮੋਟਿਵ ਵੀ ਖਤਮ ਹੋ ਜਾਂਦਾ ਆਪਣੇ ਆਪ ਦੇ ਵਿੱਚ, ਕੋਈ ਗੱਲ ਨਹੀਂ ਬਚਦੀ ਉਹ ਸਾਰੇ ਮਾਮਲੇ। ਹਾਲਾਂਕਿ ਕਿਸਾਨ ਅੰਦੋਲਨ ਜਿਹੜਾ ਪਿੱਛੇ ਹੋਇਆ ਉਦੋਂ ਸਾਰਿਆਂ ਦੇ ਹੱਥ ਖੜੇ ਸੀ ਦੇਸ਼ ਦੇ ਵਿੱਚ, ਹੁਣ ਉਸ ਸਮੇਂ ਦੇ ਦੌਰਾਨ ਪੂਰੇ ਸਾਲ ਤੋਂ ਵੱਧ ਸਮੇਂ ਤੱਕ ਜਿੰਨਾ ਚਿਰ ਦਿੱਲੀ ਰਿਹਾ, ਔਰ ਬਹੁਤ ਸਾਰੇ ਚੰਡੀਗੜ੍ਹ ਦੇ ਵਿੱਚੋਂ, ਮੋਹਾਲੀ ਦੇ ਵਿੱਚੋਂ, ਟਰਾਈ ਸਿਟੀ ਦੇ ਵਿੱਚੋਂ ਲੋਕ ਮਟਕਾ ਚੌਂਕ ਤੇ ਵੀ ਕੰਟੀਨਿਊਟੀ 'ਚ ਬੈਠੇ, ਹੋਰਾਂ ਚੌਂਕਾਂ ਤੇ ਵੀ ਕੰਟੀਨਿਊਟੀ 'ਚ ਆਉਂਦੇ ਰਹੇ ਨੇ ਵੱਖ ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਕਰਨ ਦੇ ਲਈ। ਔਰ ਉਹ ਇੱਕ ਲੈਵਲ ਦਾ ਜਿਵੇਂ ਉਦੋਂ ਕਹਿੰਦੇ ਨੇ ਵੀ ਕਿਸਾਨਾਂ ਦਾ ਰਾਜ ਹੈ, ਜਿਵੇਂ ਉਸ ਮਾਮਲੇ 'ਚ ਨਹੀਂ ਸੀ ਰੋਕਦੀ ਪੁਲਿਸ ਤੇ ਚੱਲਦਾ ਸੀ ਕੰਮ ਤੇ ਚੱਲਦਾ ਰਿਹਾ, ਹੁਣ ਉਦੋਂ ਬਾਅਦ ਵੀ ਇਹ ਲਗਾਤਾਰਤਾ ਦੇ ਵਿੱਚ ਫਿਰ ਇਹ ਗੱਲ ਇਦੋਂ ਪਹਿਲਾਂ ਕਾਫੀ ਪਹਿਲਾਂ ਦੀ ਗੱਲ ਹੈ, ਕਈ ਸਾਲ ਪਹਿਲਾਂ 34 ਸੈਕਟਰ 'ਚ ਰਾਜੇਵਾਲ ਗਰੁੱਪ ਨੂੰ ਵੀ ਇੱਕ ਵਾਰ ਮੌਕਾ ਉਹਨਾਂ ਨੇ ਦਿੱਤਾ ਵੀ 34 'ਚ ਬਹਿ ਜਾਓ ਗੁਰਦੁਆਰੇ ਦੇ ਸਾਹਮਣੇ, ਉੱਥੇ ਤੁਸੀਂ ਰੈਲੀ ਕਰਕੇ ਜਾ ਸਕਦੇ ਹੋ। ਪਰ ਜਨਰਲੀ ਛੋਟੇ ਪ੍ਰੋਟੈਸਟ, ਜਨਰਲ ਲੋਕ, ਆਮ ਕੋਈ ਮਜ਼ਦੂਰ ਜਥੇਬੰਦੀਆਂ ਆਉਂਦੀਆਂ ਨੇ, ਈਵਨ ਆਮ ਇਕੱਲੇ ਕਿਸਾਨ ਜਥੇਬੰਦੀਆਂ ਵੀ ਆਉਂਦੀਆਂ ਨੇ, ਇੱਧਰ ਅੰਬ ਸਾਹਿਬ ਇਕੱਠੀਆਂ ਹੁੰਦੀਆਂ ਨੇ ਤੇ ਉਹ ਆਮ ਬਾਰਡਰ ਤੇ 52 ਜਿੱਥੇ ਹੁਣ ਬੰਦੀ ਸਿੰਘਾਣਾ ਮੋਰਚਾ ਲੱਗਿਆ ਹੋਇਆ ਤੇ ਉੱਥੇ ਰੁਕ ਜਾਂਦਾ ਬਸ ਆ ਕੇ ਬਾਰਡਰ ਤੇ ਚੰਡੀਗੜ੍ਹ ਦੇ, ਕੋਈ ਕਿਧਰੋਂ ਵੀ ਆਉਂਦਾ ਉਧਰੋਂ ਪੰਚਕੂਲਾ ਹੀ ਰੁਕ ਜਾਂਦਾ ਜੇਕਰ ਹਰਿਆਣੇ ਦੇ ਬੰਦੇ ਆਉਂਦੇ ਨੇ ਤਾਂ ਉਸ ਮਾਮਲੇ ਦੇ ਵਿੱਚ। ਇੱਕ ਤਾਂ ਅਸੂਲਣ ਤੌਰ ਦੇ ਉੱਤੇ ਇਹ ਆਪਦੇ ਆਪ ਦੇ ਵਿੱਚ ਇੱਕ ਪ੍ਰਸ਼ਾਸਨ ਹੈ, ਪ੍ਰਸ਼ਾਸਨ ਐਡਾ ਮਜ਼ਬੂਤ ਨਹੀਂ ਹੋ ਜਾਣਾ ਚਾਹੀਦਾ ਕਦੇ ਵੀ ਕਿ ਉਹ ਡੈਮੋਕਰੇਟਿਕ ਰੀਤੀ ਰਿਵਾਜ਼ਾਂ ਨੂੰ, ਡੈਮੋਕਰੇਟਿਕ ਰਾਹ ਰੀਤਾਂ ਨੂੰ ਹੀ ਸੱਟ ਮਾਰ ਦੇ ਤੇ ਉਹ ਨਿਰੰਕੁਸ਼ ਹੋ ਕੇ, ਤਾਨਾਸਾ ਹੋ ਕੇ ਬੈਠੇ, ਉਹ ਨੋਰਮਜ ਨੂੰ ਹੀ ਛੱਡ ਜੇ ਕਿਸੇ ਵੀ ਰੂਪ ਦੇ ਵਿੱਚ। ਹਾਂ, ਇਹ ਗੱਲ ਜ਼ਰੂਰ ਹੈ ਇੱਕ ਇਸ ਸਮੇਂ ਕਿ ਜਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਅੰਦਰ ਆਵਾਂਗੇ, ਤਾਂ ਇਹ ਕੰਪਰੋਮਾਈਜ਼ਿੰਗ ਸਥਿਤੀ 'ਚ ਹੈ। 2-3-4 ਦਿਨਾਂ ਤੋਂ ਮੀਟਿੰਗਾਂ ਹੋ ਰਹੀਆਂ ਨੇ ਲਗਾਤਾਰ ਪਹਿਲਾਂ ਤੋਂ ਹੀ ਕਿ ਕਿੱਥੇ ਜਾਓਗੇ, ਕਿੱਥੇ ਬੈਠੋਗੇ। ਪਹਿਲਾਂ ਉਹਨਾਂ ਨੇ ਕਿਹਾ ਸੀ ਸਾਨੂੰ ਪਰੇਡ ਗਰਾਊਂਡ ਦੇ ਦਿਓ ਉੱਥੇ, ਬਿਲਕੁਲ 17 ਸੈਕਟਰ ਦੇ ਨਾਲ। ਕਦੇ ਪਰੇਡ ਗਰਾਊਂਡ 'ਚ ਵੀ ਰੈਲੀਆਂ ਹੋ ਜਾਂਦੀਆਂ ਸੀ ਸਧਾਰਨ ਤਰੀਕੇ ਨਾਲ, ਪਰ ਪਰੇਡ ਗਰਾਊਂਡ ਦਾ ਹੁਣ ਰੁਪਈਆ ਉਹਨਾਂ ਨੇ ਪਹਿਲਾਂ 75,000 ਰੱਖਿਆ, ਫਿਰ ਬਾਕੀ ਕੇ ਪੈਸੇ ਲੈਂਦੇ ਨੇ। ਹਾਲਾਂਕਿ ਜਥੇਬੰਦੀ ਨੇ ਇੱਕ ਨੇ ਇਹ ਵੀ ਕਿਹਾ ਕਿ ਪੈਸੇ ਲੈ ਲਓ ਤਾਂ ਵੀ ਦੇ ਦਿਓ ਸਾਨੂੰ ਉੱਥੇ ਬੈਠਣ ਦੀ, ਪਰ ਉਹ ਉਦਯੋਗਪਤੀਆਂ ਲਈ ਤੇ ਹੋਰਾਂ ਚੀਜ਼ਾਂ ਲਈ ਰਿਜ਼ਰਵ ਹੋ ਗਿਆ। ਉੱਥੇ ਦੂਜੇ ਮੇਲੇ ਲੱਗਦੇ ਨੇ ਹੁਣ ਪੈਸੇ ਦੇ ਰੂਪ ਦੇ ਵਿੱਚ, ਉੱਥੇ ਜਨਤਕ ਨਹੀਂ। ਇਦੋਂ ਪਿੱਛੇ ਇੱਕ ਹੋਰ ਕੈਂਪ ਲੱਗਦਾ ਹੁੰਦਾ, ਉਹਦੇ ਪਿੱਛੇ ਪਰੇਡ ਗਰਾਊਂਡ ਤੋਂ ਅੱਗੇ ਜਾ ਕੇ ਉਸੇ ਸੈਕਟਰ ਦੇ ਵਿੱਚ, ਤੇ ਉੱਥੇ ਵੀ ਨਹੀਂ ਜਾਣ ਦਾ ਫੈਸਲਾ ਹੋ ਗਿਆ। ਤਾਂ ਲਾ ਪਾ ਕੇ ਕੰਪਰੋਮਾਈਜ਼ ਹੋਇਆ ਕਿ ਇਹ 5 ਦਿਨ ਜਾਣਗੇ ਤੇ 34 ਸੈਕਟਰ ਬੈਠ ਜਾਣਗੇ। 34 ਸੈਕਟਰ ਸੀ, ਹੁਣ ਕੱਲ੍ਹ ਨੂੰ 1 ਦਿਨ ਦਾ ਇਹਨਾਂ ਦਾ, 5 ਦਿਨ ਦਾ, ਤੇ SKM ਨੇ 1 ਦਿਨ ਆਉਣਾ ਹੈ, ਵਿਧਾਨ ਸਭਾ ਵੱਲ ਮਾਰਚ ਕਰਨ ਆਉਣਾ ਹੈ ਉਹਨੇ ਵੀ।
ਉਹਦੇ ਚ ਉਹਨਾਂ ਨੂੰ ਵੀ ਉਹਨਾਂ ਨੇ 34 ਸੈਕਟਰ ਗੁਰਦੁਆਰੇ ਦੇ ਸਾਹਮਣੇ ਕਹਿਤਾ, ਇਹਨਾਂ ਨੂੰ ਸ਼ਾਇਦ ਥੋੜਾ ਜਿਹਾ ਅੱਗੇ ਕਿਹਾ ਕਿਤੇ ਬਾਕੀ ਉਸੇ ਸੈਕਟਰ ਦੇ ਵਿੱਚ ਹੀ। ਉਹ ਸਾਰੀਆਂ ਜਿਹੜੀਆਂ ਡਿਮਾਂਡ ਨੇ ਤੇ ਇੱਥੋਂ ਜਾਣਾ, ਉਹ ਕਹਿੰਦੇ ਨੇ 11 ਤੋਂ 1 ਵਜੇ ਤੱਕ ਇੱਥੇ ਆਪਣੀ ਰੈਡੀ ਕਰਨਗੇ, ਫਿਰ ਵਿਧਾਨ ਸਭਾ ਵੱਲ ਕੂਚ ਕਰਨਗੇ। ਹੁਣ ਦੇਖਣ ਦਾ ਸਵਾਲ ਇਹ ਹੈ ਕਿ ਅੱਗੇ ਵਿਧਾਨ ਸਭਾ ਵੱਲ ਕੂਚ ਕਰਨ ਦੇ ਲਈ ਕਿੱਥੇ ਕੁ ਤੱਕ ਹੋਏਗਾ ਕੱਲ ਨੂੰ, ਕਿ ਉਹ ਵੀ ਕੋਈ ਕੰਪਰੋਮਾਈਜ਼ ਹੋ ਚੁੱਕਿਆ ਕਿ ਇੱਥੇ ਕੁ ਤੱਕ ਆ ਜਾਇਓ, ਇੱਥੋਂ ਤੁਹਾਡਾ ਮੰਗ ਪੱਤਰ ਲੈ ਲਿਆ ਜਾਊਗਾ, ਜਾਂ ਇੱਥੇ ਹੀ ਆ ਕੇ ਕੋਈ ਤੁਹਾਡੀ ਰੈਲੀ 'ਚ ਮੰਗ ਪੱਤਰ ਲੈ ਜਾ ਕਹੂਗਾ। ਇੱਕ ਤਾਂ ਠੀਕ ਗੱਲ ਇਹ ਹੋ ਜਾਂਦੀ ਹੁੰਦੀ ਹੈ ਨੋਰਮਲੀ, ਤਾਂ ਜੇਕਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣਾ, ਕੋਈ ਨਾ ਕੋਈ ਮੰਤਰੀ ਆ ਜਾਂਦਾ ਰਿਹਾ ਹਮੇਸ਼ਾ ਹੀ, ਈਵਨ ਇੱਥੇ ਅੰਮ੍ਰਿਤਸਰ ਤੋਂ ਨੇੜੇ ਵੀ ਆ ਜਾਂਦਾ ਰਿਹਾ ਕਿ ਉਹ ਆ ਜਾਂਦਾ। ਪਹਿਲਾਂ ਕੁਲਦੀਪ ਧਾਲੀਵਾਲ ਕਈ ਵਾਰ ਆਇਆ ਇਸੇ ਗੌਰਮੈਂਟ ਦੇ ਵਿੱਚ ਵੀ ਦੱਸੋ ਜੀ ਅਸੀਂ ਤੁਹਾਡੇ ਆ ਗਏ, ਤੁਹਾਡੀ ਚੀਫ ਮਿਨਿਸਟਰ ਨਾਲ ਮੀਟਿੰਗ ਕਰਾਉਂਦੇ ਹਾਂ, ਦੱਸੋ ਕੀ ਗੱਲ ਹੈ, ਮੁਜ਼ਾਹਰਾ ਫਿਰ ਕਾਹਦੇ ਲਈ ਕਰਨਾ ਜਦੋਂ ਸਰਕਾਰ ਆਪ ਆ ਗਈ ਹੈ। ਜਦੋਂ ਨਹੀਂ ਆਉਂਦਾ ਕੋਈ ਲੈਣ ਤਾਂ ਉਦੋਂ ਮੁਜ਼ਾਹਰਾ ਜਾਂਦਾ ਅੱਗੇ, ਪ੍ਰੋਟੈਸਟ ਜਾਂਦਾ ਉਸ ਰੂਪ ਦੇ ਵਿੱਚ। ਗਵਰਨਰ ਨਾਲ ਨੋਰਮਲੀ ਇਹ ਮੰਨਿਆ ਜਾਂਦਾ ਰਿਹਾ, ਤੇ ਗਵਰਨਰ ਦਾ ਜਾਂ ADC ਆ ਜਾਂਦਾ, ਤੇ ਜੇ ਨਹੀਂ ਜਾਂਦਾ ਤਾਂ ਉੱਥੋਂ ਕੁਝ ਬੰਦਿਆਂ ਨੂੰ ਲੈ ਜਾਂਦੇ ਨੇ, 10-20 ਬੰਦਿਆਂ ਨੂੰ ਵੀ ਆ ਜਾਓ ਆਪਣੀਆਂ ਗੱਡੀਆਂ 'ਚ, ਤੁਹਾਨੂੰ ਗਵਰਨਰ ਨਾਲ ਮੁਲਾਕਾਤ ਕਰਾ ਦਿੰਦੇ ਹਾਂ, ਤੇ ਗੱਲ ਇਹ ਹੁਣ ਤੱਕ ਦਾ ਜਿਹੜਾ ਇੱਕ ਤਰੀਕਾਕਾਰ ਇਹ ਹੈ। ਹੁਣ ਕੱਲ੍ਹ ਦਾ ਕੀ ਹੋਏਗਾ ਇਹ ਤੋਂ ਬਾਅਦ ਦੀ ਗੱਲ ਹੈ, ਇਕੱਠ ਕਾਫੀ ਹੋਣਾ, ਮੈਨੂੰ ਲੱਗਦਾ ਕਿਸੇ ਕੰਪਰੋਮਾਈਜ਼ਿੰਗ ਸਥਿਤੀ 'ਚ ਹੋਏਗਾ, ਔਰ ਉੱਥੇ ਜਾ ਕੇ ਜਿਹੜਾ ਇੱਕ ਰਸਤੇ ਦੇ ਵਿੱਚ ਵੀ ਆਹ ਗੋਲ ਚੱਕਰ ਤੱਕ ਤੁਸੀਂ ਆ ਜਾਇਓ, ਅੱਧਾ ਤੁਹਾਨੂੰ ਵੀ ਦੇ ਦਿੰਦੇ ਹਾਂ ਮੌਕਾ ਤੇ ਸਾਡਾ ਵੀ ਮੌਕਾ ਲੈਂਦੇ, ਤੇ ਦੋਨੋਂ ਹੀ ਗੱਲਾਂ। ਡੈਮੋਕ੍ਰੇਸੀ 'ਚ ਪ੍ਰੋਟੈਸਟ ਹੀ ਕਰਨਾ ਹੁੰਦਾ, ਕੋਈ ਮੇਰੇ ਖਿਆਲ ਸਕੋਰ ਸਾਬਤ ਤਾਂ ਕਰਨੇ ਨਹੀਂ ਹੁੰਦੇ ਵੀ ਜਾ ਕੇ ਘੇਰ ਲਾਂਗੇ ਜ਼ਬਰਦਸਤੀ ਜਾਂ ਬਾਕੀ, ਇਹ ਅਜੇ ਉਸ ਮੂਡ ਦਾ ਮੋਰਚਾ ਤਾਂ ਹੈ ਨਹੀਂ ਹੈ। ਤਾਂ ਜੇ ਇਹ ਐਮੀਕੇਬਲੀ ਹੱਲ ਹੋ ਕੇ ਬਿਨਾਂ ਕਿਸੇ ਟਕਰਾਅ ਤੋਂ ਉਹਨਾਂ ਦੀ ਗੱਲ ਵੀ ਚਲੀ ਜਾਂਦੀ ਹੈ, ਤੇ ਤੁਸੀਂ ਉਸ ਲੈਵਲ ਤੇ ਗੱਲ ਵੀ ਕਰਦੇ, ਕਿਉਂਕਿ ਸਾਰਾ ਪ੍ਰਸ਼ਾਸਨ, ਸਾਰੇ ਮੰਤਰੀ, ਚੀਫ ਮਿਨਿਸਟਰ, ਸਾਰਾ ਤਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਬਿਠਾ ਲਿਆ, ਬਾਹਰ ਕਿਤੇ ਨਿਕਲੋ, ਤੁਹਾਡੇ ਘਰ ਇੱਥੇ ਨੇ, ਤੁਹਾਡੇ ਦਫ਼ਤਰ ਇੱਥੇ ਨੇ, ਜੇ ਦਫ਼ਤਰ ਤੇ ਘਰ ਇੱਥੇ ਨੇ ਤਾਂ ਲੋਕਾਂ ਦੇ ਮੈਮੋਰੈਂਡਮ ਲੈਣ ਦਾ ਕੋਈ ਤਰੀਕਾਕਾਰ ਤੁਹਾਨੂੰ ਹੋਣਾ ਚਾਹੀਦਾ ਤੇ ਆਉਣਾ ਚਾਹੀਦਾ ਉਸ ਸਾਰੇ ਮਾਮਲੇ ਦੇ ਵਿੱਚ। ਔਰ ਇਹ ਪ੍ਰਸ਼ਾਸਨ ਦਾ ਮੂਵ ਵੀ ਮੈਨੂੰ ਤਾਂ ਲੱਗਦਾ ਠੀਕ ਮੂਵ ਹੈ ਕਿ ਜੇ ਉਹਨਾਂ ਨੂੰ ਆਉਣ ਦਿੱਤਾ ਤੇ ਉੱਥੇ ਜਿਹੜੀਆਂ ਜਗ੍ਹਾਵਾਂ ਹੈਗੀਆਂ ਨੇ ਤੇ ਉਹ ਜਗ੍ਹਾ ਦੇ ਵਿੱਚ ਆ ਕੇ ਮੰਗ ਪੱਤਰ ਲੈ ਜਾਣ, ਜਾਂ ਉਹ ਜਿਸ ਰੂਪ ਦੇ ਵਿੱਚ ਮੰਗ ਪੱਤਰ ਲਿਜਾਣਾ ਚਾਹੁੰਦੇ ਨੇ ਤਾਂ ਉਸ ਲੈਵਲ ਦਾ ਹੋ ਸਕਦਾ। ਪਰ ਇਹ ਕਿ ਇੱਕ ਵੀਟੋ ਕਰ ਦੋਗੇ ਤੁਸੀਂ ਕਿ ਰਾਜਧਾਨੀ 'ਚ ਆਉਣ ਹੀ ਨਹੀਂ ਦਿਓ, ਇਹ ਨੋਰਮ ਹੋਣਾ ਚਾਹੀਦਾ। ਇਹ ਤਾਂ ਚਲੋ ਵੱਡੀਆਂ ਜਥੇਬੰਦੀਆਂ ਨੇ ਆ ਗਈ ਆਪਣੀ ਤੜ ਨਾਲ ਵੀ ਆ ਗਈ, ਜਿਹੜੀਆਂ ਛੋਟੀਆਂ ਨੇ ਉਹਨੂੰ ਤਾਂ ਵੈਸੇ ਨਹੀਂ, 25 ਸੈਕਟਰ ਕਿਸੇ ਨੇ ਜਾ ਕੇ ਦੇਖਣਾ, ਉਹਨੂੰ ਤਾਂ ਵੈਸੇ ਹੀ ਆ ਜਾਣ ਦਿਓ ਵਿਚਾਰਿਆਂ ਨੂੰ। ਜੇ 100 ਬੰਦੇ ਵਾਲੀ ਕੋਈ ਜਥੇਬੰਦੀ ਹੈ ਕਹਿੰਦੇ ਮੈਂ, ਉਦੋਂ ਤਾਂ ਤੁਹਾਨੂੰ ਖਤਰਾ ਕਿੱਡਾ ਕਿਹਾ, ਉਹਨੂੰ ਤਾਂ ਆ ਕੇ ਕਹਿਣ ਦਿਓ ਵੀ ਤੂੰ 4 ਨਾਰੇ ਮਾਰ ਕੇ ਕਰ ਲੈ, ਤੁਹਾਡਾ ਮੰਗ ਪੱਤਰ ਲੈ ਜਾਂਦੇ ਆ, ਉਹਦੇ ਤਾਂ ਲੋੜ ਹੀ ਨਹੀਂ ਹੋਣੀ ਚਾਹੀਦੀ ਇਸ ਲੈਵਲ ਦੀ ਕੋਈ ਗੱਲ। ਡਰ ਤਾਂ ਇੱਕ ਬਹੁਤ ਵੱਡੇ ਇਕੱਠ ਦਾ ਹੁੰਦਾ ਨਾ ਕਿ ਵੱਡਾ ਇਕੱਠ ਆ ਕੇ ਡਿਸਟਰਬੈਂਸ ਹੋ ਗਈ, ਜੇ ਹੋਊਗੀ ਉਹਨੂੰ ਜੇ ਤੁਸੀਂ ਇਜਾਜ਼ਤ ਦੇ ਰਹੇ ਹੋ ਤਾਂ ਨੋਰਮ ਕਿਉਂ ਨਹੀਂ ਬਣਾਉਂਦੇ ਕਿ ਇੱਥੇ ਤੱਕ ਆਉਣਾ ਚਾਹੀਦਾ, ਤਾਂ 34 ਸੈਕਟਰ ਡਿਸਾਈਡ ਕਿਉਂ ਨਹੀਂ ਕਰਦੇ, ਜੇ ਕਿਸਾਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ 25 ਨਹੀਂ, ਮਤਲਬ ਇਹ ਥਾਂ ਜਿਹੜੇ ਨੇ ਸਰਕਾਰ ਵਨ ਸਾਈਡਨਲੀ ਡਿਸਾਈਡ ਕਰੂਗੀ ਜਾਂ ਕੋਈ ਡੈਮੋਕ੍ਰੈਟਿਕ ਫੋਰਸਿਸ ਨਾਲ ਮਿਲ ਕੇ ਡਿਸਾਈਡ ਕਰੂਗੀ, ਇਹ ਵੀ ਇੱਕ ਆਪਦੇ ਆਪ 'ਚ ਇੱਕ ਬਹੁਤ ਬੜਾ ਕੁਐਸਚਨ ਹੈ। ਇਦੋਂ ਪਹਿਲਾਂ ਪੰਗਾ ਹਰਿਆਣੇ ਦਾ ਪਿਆ ਪਿਆ ਕਿ ਤੁਸੀਂ ਦਿੱਲੀ ਨਹੀਂ ਜਾਣ ਦਿੰਦੇ, ਰਾਮਲੀਲਾ ਗਰਾਊਂਡ ਨਹੀਂ ਬੈਠਣ ਦਿੰਦੇ, ਕਿਤੇ ਹੋਰ ਨਹੀਂ ਬੈਠਣ ਦਿੰਦੇ, ਹੁਣ ਨਵਾਂ ਜੇ ਚੰਡੀਗੜ੍ਹ 'ਚ ਪੈਂਦਾ ਤਾਂ ਇੱਕ ਹੋਰ ਮੋਰਚਾ, ਪਰਮਾਨੈਂਟ ਮੋਰਚੇ ਦੀ ਸੰਭਾਵਨਾ ਚੰਡੀਗੜ੍ਹ ਦੇ ਵਿੱਚ ਵੀ ਉਸੇ ਲੈਵਲ ਦੀ ਬਣ ਜਾਂਦੀ ਕਿਸੇ ਨਾ ਕਿਸੇ ਰੂਪ 'ਚ, ਸ਼ਾਇਦ ਉਹ ਟਾਲ ਦਿੱਤਾ ਗਿਆ ਇੱਕ ਐਂਗਲ ਦਾ ਮੈਨੂੰ ਲੱਗਦਾ ਪ੍ਰਸ਼ਾਸਨ ਦਾ। ਜੀ ਸਰ ਜਗਤਾਰ ਸਿੰਘ ਜੀ, ਇਹਦੇ 2-3 ਪਹਿਲੂ ਨੇ। ਇੱਕ ਤਾਂ ਕਿ ਜਿਹੜੀਆਂ ਸਿਆਸੀ ਪਾਰਟੀਆਂ ਹੌਲੀ ਹੌਲੀ ਜਦੋਂ ਗੈਰ ਪ੍ਰਸੰਗਿਕ ਹੋ ਰਹੀਆਂ ਸੀ, ਲੋਕ ਮਨਾਂ ਤੋਂ ਉੱਤਰ ਰਹੀਆਂ ਸੀਗੀਆਂ, ਤਾਂ ਘੱਟੋ ਘੱਟ ਕੋਈ ਧਿਰ ਲੜਦੀ ਦਿਸਦੀ ਤਾਂ ਹੈ, ਨੰਬਰ 1। ਨੰਬਰ 2 ਕਿ ਘੱਟੋ ਘੱਟ ਕਿਸੇ ਤਾਕਤ ਦੇ ਸਾਹਮਣੇ ਸਰਕਾਰਾਂ ਨੂੰ ਇਹ ਫਿਕਰ ਤਾਂ ਹੈਗਾ ਕਿ ਇਹਨਾਂ ਨਾਲ ਟਕਰਾਅ ਵਾਰਾ ਨਹੀਂ ਖਾਂਦਾ,
ਤੇ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਵੀ ਇਹ ਇੱਕ ਆਸਰਾ ਜਿਹਾ ਤੇ ਬਣਿਆ ਰਹਿੰਦਾ ਵੀ ਜੇ ਲੋੜ ਪਈ ਤੇ ਕੋਈ ਧਿਰ ਖਲੋ ਤਾਂ ਸਕਦੀ ਆ। ਪਤਾ ਨਹੀਂ ਹੁਣ ਇਹ ਖਲੋਂਦੇ ਕਿੱਥੇ ਕਿੱਥੇ ਆ, ਇਹਨਾਂ ਦੀ ਆਪਣੀ ਰਣਨੀਤੀ ਹੁੰਦੀ ਆ, ਪਰ ਖਲੋਣ ਜੋਗੀ ਤੇ ਜਿਹਦੇ ਪਿੱਛੇ ਲੋਕ ਜਾਂਦੇ ਨੇ ਅਜੇ ਵੀ ਇਹ ਕਿਸਾਨ ਜਥੇਬੰਦੀਆਂ ਹੈਗੀਆਂ ਨੇ। ਇੱਕ ਇਹਦੇ ਵਿੱਚ ਮੇਰਾ ਤੀਜਾ ਜਿਹੜਾ ਪਹਿਲੂ ਆ ਕਿ ਆਖਰ ਅੰਦੋਲਨ ਕਰਨੇ ਹੀ ਕਿਉਂ ਪੈਣ, ਸਰਕਾਰ ਇਸ ਤੋਂ ਪਹਿਲਾਂ ਹੀ ਕਿਉਂ ਨਾ ਇਹ ਮਾਮਲੇ ਹੱਲ ਕਰੇ। ਹੁਣ ਖੇਤੀ ਨੀਤੀ ਵਾਲਾ ਕਿੱਡਾ ਕੁ ਮਾਮਲਾ ਸੀਗਾ ਵੀ ਉਹਨੂੰ ਇਸ਼ੂ ਕਰਨਾ, ਜਾਰੀ ਕਰਨਾ, ਬਣਾਈ ਤੁਸੀਂ ਹੈ ਘੜੀ ਹੈ ਤੇ ਥੋੜਾ ਜਿਹਾ ਸਮਾਂ ਦੇ ਕੇ ਜੇ ਉਹਦੇ ਚ ਕੋਈ ਵਾਧੂ ਚੀਜ਼ਾਂ ਲਿਖੀਆਂ ਗਈਆਂ ਤੇ ਕੱਟ ਲਓ, ਇਹ ਸਵਾਲ ਆ। ਤੇ ਚੌਥਾ ਸਵਾਲ ਇਹਦੇ ਵਿੱਚ ਇਹ ਆ ਕਿ ਜਿਹੜਾ ਵਿਧਾਨ ਸਭਾ ਵੱਲ ਕੂਚ ਕਰਨਾ, ਇੱਕ ਉਹ ਪਹਿਲੂ ਆ। ਗੱਲ ਇਹ ਆ ਕਿ ਚੰਡੀਗੜ੍ਹ ਦੇ ਵਿੱਚ ਇਹ ਬਹੁਤ ਲੇਟ ਆ ਕੇ ਅਰੇਂਜਮੈਂਟ ਬਣਿਆ ਵੀ ਜਿਹੜੇ ਡੈਮੋਸਟ੍ਰੇਸ਼ਨ ਹੈਗੀਆਂ ਸ਼ਹਿਰ ਦੇ ਅੰਦਰ ਨਹੀਂ ਹੋਣਗੀਆਂ, ਉਹਦਾ ਕਾਰਨ ਹੈ। ਮੈਂ ਸ਼ੁਰੂ ਤੋਂ ਚੰਡੀਗੜ੍ਹ ਰਹਿੰਦਾ, ਮੈਂ ਸਾਰਾ ਕੁਛ ਹੀ ਦੇਖ ਲਿਆ। ਚੰਡੀਗੜ੍ਹ ਬੜਾ ਯੂਨੀਕ ਸ਼ਹਿਰ ਹੈ ਗੱਲ 'ਤੇ, ਇੱਥੇ ਤਿੰਨ ਰਾਜਧਾਨੀ ਨੇ ਅਤੇ ਤਿੰਨਾਂ ਦੇ ਇੰਪਲਾਈਜ਼ ਹੈ ਅਤੇ ਇੱਥੇ ਜਿਹੜੇ ਧਰਨੇ ਮੁਜ਼ਾਹਰੇ ਹੈ ਖਾਸ ਕਰਕੇ ਇੰਪਲਾਈਜ਼ ਦੇ, ਇਹ ਬੜਾ ਰੈਗੂਲਰ ਫੀਚਰ ਸੀ ਕਿਸੇ ਨਾ ਕਿਸੇ ਸਰਕਾਰ ਦੇ। ਔਰ ਸਪੋਟ ਸੀਗਾ ਜਿਹੜਾ ਜਨਪਥ ਮੇਨ ਸੜਕ ਜਾਂਦੀ ਹੈ 68 ਨੂੰ, ਇਹਦੇ 'ਤੇ ਅਤੇ ਸਾਡਾ ਆਪਣਾ ਐਕਸਪੀਰੀਅੰਸ ਸੀਗਾ ਜਦੋਂ 68 ਜਾਣਾ ਜਾਂ ਉੱਥੋਂ ਨਿਕਲਣਾ ਦੁਪਹਿਰੇ ਰੈਗੂਲਰ ਜਾਈਦਾ ਸੀਗਾ ਅਤੇ ਹਰ ਤੀਜੇ ਦਿਨ ਇਹ ਸੜਕ ਬੰਦ ਹੁੰਦੀ ਸੀ ਘੱਟੋ ਘੱਟ ਉਸ ਵੇਲੇ ਉਹਨਾਂ ਦਿਨਾਂ ਦੇ ਵਿੱਚ 35-40 ਹਜ਼ਾਰ ਬੰਦਾ, ਕਿਉਂਕਿ ਸਾਰਾ ਕੁਛ ਹੀ ਉੱਧਰ ਹੈ, 68 ਵੀ, ਵਿਧਾਨ ਸਭਾ ਵੀ, ਹਾਈ ਕੋਰਟ ਵੀ, 40-50 ਹਜ਼ਾਰ ਬੰਦਾ ਉਸ ਚੌਕ ਤੋਂ ਅੱਗੇ ਕ੍ਰਾਸ ਕਰਦਾ ਸੀਗਾ। ਹੁਣ ਤੁਸੀਂ ਉਹਨਾਂ ਦੀ ਜਿਹੜੀ ਇਨਕਨਵੀਨੀਅੰਸ ਹੈ ਨਾ ਉਹ ਵੀ ਦੇਖ ਲਓ, ਵਨ ਸਾਈਡਡ ਕਦੇ ਨਹੀਂ ਹੋਈਦਾ, ਬਿਲਕੁਲ ਜਮਹੂਰੀ ਹੱਕ ਹੈ ਮੁਜ਼ਾਹਰਾ ਕਰਨ ਦਾ, ਸਰਕਾਰ ਦੇ ਸਾਹਮਣੇ ਮੁਜ਼ਾਹਰਾ ਕਰਨ ਦਾ ਹੱਕ ਹੈ, ਉਹ ਤਾਂ ਕੋਈ ਡਿਨਾਈ ਨਹੀਂ ਕਰਦਾ, ਤੇ ਜਿਹਨਾਂ ਦਾ ਰਾਈਟ ਹੈ ਉਸ ਇਲਾਕੇ ਨੂੰ ਯੂਜ਼ ਕਰਦਾ ਸੜਕ ਨੂੰ, ਉਹ ਤੁਸੀਂ ਇਗਨੋਰ ਕਿਵੇਂ ਕਰ ਦਿਓ? ਦੋਵੇਂ ਗੱਲ ਹੈ। ਉਹ ਫਿਰ ਜਦੋਂ ਲਗਾਤਾਰ ਕੋਂਸਟੈਂਟਲੀ ਇਹ ਇਸ਼ੂ ਬਣਦਾ ਰਿਹਾ, ਸੜਕ ਤੀਜੇ ਦਿਨ ਬੰਦ ਹੁੰਦੀ ਸੀਗੀ, ਉਸ ਤੋਂ ਬਾਅਦ ਇਹ ਮਸਲਾ ਬਣਿਆ ਕਿ ਇਹਨਾਂ ਨੂੰ ਇੱਥੋਂ ਇੱਕ ਹੋਰ ਕੋਈ ਸਪੋਟ ਦਿੱਤੀ ਜਾਵੇ। 25 ਸੈਕਟਰ ਆ ਗਈ, 25 ਸੈਕਟਰ ਬਿਲਕੁਲ ਪਾਸੇ, ਜਿਹਦਾ ਤੁੱਕ ਹੀ ਕੋਈ ਨਹੀਂ ਬਣਦੀ ਕਿ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੁਜ਼ਾਹਰਾ ਹੋਇਆ ਕਿ ਨਹੀਂ, ਕੋਈ ਜਰਨਲਿਸਟ ਵੀ ਨਹੀਂ ਜਾਂਦਾ। ਹੁਣ ਇਹ ਵਿੱਚ ਵਿਚਾਲੇ ਰਸਤਾ ਕੋਈ ਨਹੀਂ ਗਾ, ਸਾਰੀ ਗੱਲ 'ਤੇ ਆ ਕੇ ਮੈਂ ਦੋਵੇਂ ਪਾਸੇ ਦੀ ਗੱਲ ਕਰ ਰਿਹਾ, ਇੱਕ ਪਾਸੇ ਦੀ ਨਹੀਂ। ਰਾਈਟ ਹੈ, ਠੀਕ ਹੈ, ਲੋਕਾਂ ਦਾ ਵੀ ਰਾਈਟ ਹੈ, ਮੇਰਾ ਵੀ ਰਾਈਟ ਹੈ ਆਉਣ ਜਾਣ ਦਾ ਉਸ ਸੜਕ 'ਤੇ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਵੀ ਤਿੰਨ ਰਾਜਧਾਨੀਆਂ ਦੇ ਵਿੱਚ, ਅਸੀਂ ਤਾਂ ਸ਼ੁਰੂ ਤੋਂ ਇੱਥੇ ਰਹੇ ਹਾਂ, ਦੇਖਦੇ ਰਹੇ ਹਾਂ ਸਾਰਾ ਕੁਛ ਵੀ ਇੱਥੇ ਹਾਲਤ ਕੀ ਹੁੰਦੀ ਸੀ ਆਮ ਲੋਕਾਂ ਦੀ, ਜਿਹੜੇ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਆ, ਅਤੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਬਾਹਰੋਂ ਆਏ ਮੁਜ਼ਾਹਰਾ ਕਰਨ, ਠੀਕ ਹੈ, ਸਿਆਸੀ ਪਾਰਟੀਆਂ ਵੀ ਸਾਰੇ ਮੁਜ਼ਾਹਰੇ ਇੱਥੇ ਕਰਦੀਆਂ ਸੀਗੀਆਂ, ਸਾਰੀਆਂ ਜਥੇਬੰਦੀਆਂ ਇੱਥੇ ਮੁਜ਼ਾਹਰੇ ਕਰਦੀਆਂ ਸੀਗੀਆਂ। ਫਿਰ ਹੌਲੀ ਹੌਲੀ ਇਹ 25 ਤੋਂ ਸ਼ਿਫਟ ਹੋ ਕੇ ਪੰਜਾਬ ਵਾਲੇ ਮੁਹਾਲੀ ਚਲੇ ਗਏ, ਹੋ ਗਿਆ, ਬਣਨਾ ਬੰਦ ਕਰਤਾ ਇਹਨਾਂ ਦਾ, ਹਰਿਆਣੇ ਦਾ ਪੰਚਕੂਲੇ ਰੋਕਤਾ। ਇਹ ਇਸ ਤਰ੍ਹਾਂ ਓਵਰ ਦੇ ਓਵਰ ਏ ਪੀਰੀਅਡ ਹੋਇਆ, ਲੇਕਿਨ ਇਹ ਅਲਾਊਡ ਹੋਣਾ ਚਾਹੀਦਾ, ਚੰਗੀ ਗੱਲ ਹੈ, ਇਨੀਸ਼ੀਏਟਿਵ ਹੈ, ਸਰਕਾਰ ਨੇ ਇਨੀਸ਼ੀਏਟਿਵ ਲਿਆ ਹੈ, 34 ਦੇ ਵਿੱਚ ਜਗ੍ਹਾ ਦਿੱਤੀ ਹੈ, ਆਉਣਾ ਚਾਹੀਦਾ। ਪਰ ਮੈਂ ਦੇਖ ਰਿਹਾ ਸੀ ਅੱਜ ਇੱਕ ਹੋਰ ਚੇਂਜ ਕਿਸਾਨਾਂ ਦੇ ਵਿੱਚ ਵੀ ਚੇਂਜ ਹੈਗੀ, ਅੱਜ ਇਹ ਇਨਸਿਸਟ ਨਹੀਂ ਕੀਤਾ ਸੀ ਆਪਣੇ ਟਰੈਕਟਰ ਟਰਾਲੀਆਂ ਹੀ ਲੈ ਕੇ ਆਉਣੀਆਂ, ਬਲੈਰੋ ਗੱਡੀਆਂ ਪਿੱਛੇ ਟਰਾਲੀਆਂ ਬੰਨੀਆਂ ਹੋਈਆਂ ਸੀ, ਮੈਂ ਲੰਬੀ ਲਾਈਨ ਦੇਖੀ, ਬਲੈਰੋ ਗੱਡੀਆਂ ਸੀ, ਮੈਂ ਉਸ ਤੋਂ ਬਾਅਦ ਧਰਤੀ ਵੀ ਬੰਦ ਕਰਤਾ ਸੀਗਾ, ਉਹ ਬਲੈਰੋ ਗੱਡੀਆਂ ਪਿੱਛੇ ਲੈ ਕੇ ਆ ਰਹੇ ਸੀ। ਇਹ ਦੋਵੇਂ ਪਾਸੇ ਐਡਜਸਟ ਕਰਨ ਦੀ ਗੱਲ ਹੁੰਦੀ ਹੈ, ਜੇ ਇਨਸਿਸਟ ਕਰੋ ਵੀ ਸਾਡੀ ਸ਼ਰਤ 'ਤੇ ਆਹ ਕੁਛ ਹੋਣਾ, ਜਿਵੇਂ ਹੁਣ ਸ਼ੰਭੂ ਬਾਰਡਰ 'ਤੇ ਹੋ ਰਿਹਾ, ਬਈ ਤਾਂ ਇਸ ਤਰ੍ਹਾਂ ਹੀ ਜਾਣਾ ਜੀ, ਜੇ ਅੱਜ ਇਹ
ਚੇਂਜ ਕਰਕੇ ਆਪਣਾ ਢੰਗ ਤਰੀਕਾ ਇੱਥੇ ਆਏ ਹੈ ਤੇ ਦਿੱਲੀ ਜਾਣ ਦੇ ਵਿੱਚ ਇਸ ਢੰਗ ਤਰੀਕੇ ਨਾਲ ਕੀ ਇਤਰਾਜ਼ ਹੈ ਇਹਨਾਂ ਨੂੰ? ਸੋ ਇਹ ਸਾਰਾ ਕੁਛ ਦੇਖਣਾ ਪੈਂਦਾ ਹੁੰਦਾ। ਵੈਲਕਮ ਹੈ ਕਿ ਚੰਡੀਗੜ੍ਹ ਦੇ ਵਿੱਚ ਆਪਣੇ ਮੁਜ਼ਾਹਰੇ ਲੋਕਾਂ ਨੂੰ ਜਗ੍ਹਾ ਮਿਲੀ ਹੈ, ਮੁਜ਼ਾਹਰਾ ਕਰਦੇ, ਇਟਸ ਗੁੱਡ, ਚੰਗੀ ਗੱਲ ਹੈ। ਇਹਦੇ ਵਿੱਚ ਮੈਨੂੰ ਲੱਗਦਾ ਸਾਹਿਬ ਹਮੀਰ ਸਿੰਘ ਹੋਰਾਂ ਦਾ ਆਪਣੀ ਕੋਈ ਹੋਰ ਰਾਏ ਹੈ? ਕੋਈ ਨਹੀਂ ਕਰਨੀ ਚਾਹੀਦੀ। ਮੈਂ ਜਿਹੜੀ ਤੁਸੀਂ ਟਰਾਲੀ ਟਰੈਕਟਰ ਦੀ ਬਜਾਏ ਜਿਹੜਾ ਬਲੈਰੋ ਗੱਡੀਆਂ ਜਾਂ ਹੋਰ ਗੱਡੀਆਂ ਦੇ ਪਿੱਛੇ, ਮੈਨੂੰ ਲੱਗਦਾ ਇਹ ਸਹੂਲਤ ਦੇ ਨਜ਼ਰੀਏ ਤੋਂ ਹੈ। ਇੱਕ ਤਾਂ ਥੋੜੀ ਸਪੀਡ ਬਣ ਜਾਂਦੀ ਹੈ, ਦੂਜਾ ਇਸ ਗੱਡੀ ਦੇ ਉੱਤੇ ਅੱਧੇ ਲੋਕ ਆ ਜਾ ਜਾਂਦੇ ਆ ਜੇ ਪੱਕਾ ਮੋਰਚਾ ਲੱਗਣਾ ਹੋਵੇ। ਟਰਾਲੀਆਂ ਦੇ ਵਿੱਚ ਤਾਂ ਇੱਕ ਰਿਹਾਇਸ਼ ਦਾ ਪ੍ਰਬੰਧ ਹੁੰਦਾ ਤੇ ਬਾਕੀ ਨਹੀਂ। ਇਹ ਆਲਟਰਨੇਟਿਵ ਸਰਕਾਰਾਂ ਨੂੰ ਵੀ ਸੂਟ ਕਰਦਾ ਹੈ ਨਾ, ਜਿੱਥੇ ਉਹ ਕਹਿੰਦੇ ਆ ਵੀ ਟਰੈਕਟਰਾਂ ਨੂੰ ਵੀ ਟੈਂਕਰ ਆਪਣੇ ਟੈਂਕ ਬਣਾ ਕੇ ਲਿਆਉਂਦੇ ਆ, ਆਹ ਅਰੇਂਜਮੈਂਟ ਠੀਕ ਲੱਗ ਰਿਹਾ ਸਾਰਾ ਜੀ। ਔਰ ਦੂਜੀ ਗੱਲ ਇਹਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ, ਜਦੋਂ ਅਕਾਲੀ ਮੋਰਚਾ ਲਾਉਂਦੇ ਆ ਜਾਂ ਮੋਰਚੇ ਲੱਗਦੇ ਰਹੇ ਅੰਮ੍ਰਿਤਸਰ ਤੋਂ ਹੋਵੇ ਜਾਂ ਕਿਤੇ ਹੋਵੀ, ਦੂਜੇ ਬੰਨੇ ਜੇ ਰਾਮਲੀਲਾ ਮੈਦਾਨ ਦੇ ਵਿੱਚ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਐਂਟੀ ਕਰਪਸ਼ਨ ਚੋਂ ਆਮ ਆਦਮੀ ਪਾਰਟੀ ਨਿਕਲਦੀ ਆ, ਅੰਦੋਲਨ ਤਾਂ ਹੋਣੇ ਚਾਹੀਦੇ। ਉੱਥੇ ਵੀ ਇਹੀ ਪ੍ਰੋਬਲਮ ਇੱਕ ਆਈ ਸੀਗੀ। ਪਹਿਲਾਂ ਹਮੇਸ਼ਾ ਜੰਤਰ ਮੰਤਰ ਤੇ ਹੁੰਦਾ ਸੀਗਾ ਜੀ, ਪਰਮਾਨੈਂਟ ਜਿਹੜਾ ਫੀਚਰ ਸੀਗਾ ਉਹ ਜੰਤਰ ਮੰਤਰ ਤੇ ਸੀ, ਉੱਥੋਂ ਰਾਮਲੀਲਾ ਮੈਦਾਨ ਸ਼ਿਫਟ ਕੀਤਾ ਗਿਆ। ਇਹ ਜੰਤਰ ਮੰਤਰ ਦਾ ਬਹੁਤ ਚਿਰ ਬਾਅਦ ਆ ਜਦੋਂ ਰੈਸਲ ਕੁੜੀਆਂ ਬੈਠੀਆਂ ਹੈ, ਅਦਰਵਾਈਜ਼ ਤਾਂ ਉੱਥੇ ਬੈਨ ਹੋ ਗਿਆ ਸੀ ਸਾਰਾ। ਉੱਥੇ ਵੀ ਜਿਹੜੇ ਉੱਥੋਂ ਦੇ ਰੈਜੀਡੈਂਟਸ ਹੈਗੇ ਆ ਉਹਨਾਂ ਨੇ ਸ਼ਿਕਾਇਤਾਂ ਵਾਰ ਵਾਰ ਕੀਤੀਆਂ ਵੀ ਸਾਡਾ ਘਰੋਂ ਨਿਕਲਣਾ ਬੰਦ ਹੋ ਜਾਂਦੇ, ਔਰ ਹੋਇਆ ਹੋਇਆ ਸੀਗਾ। ਅਸੀਂ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹਨਾਂ ਦਾ ਵੀ ਧਿਆਨ ਕਰੋ ਨਾ, ਤੁਸੀਂ ਆਪਣੇ ਰਾਈਟ ਦੀ ਗੱਲ ਕਰਦੇ ਜੀ। ਇਹ ਠੀਕ ਹੈ ਗੱਲ ਤੁਹਾਡੀ। ਇਹ ਹਾਈ ਕੋਰਟ ਸੁਪਰੀਮ ਕੋਰਟ ਨੇ ਵੀ ਮਾਮਲੇ ਐਡਰੈਸ ਕੀਤੇ ਆ, ਕੌਮੀ ਇਨਸਾਫ ਮੋਰਚੇ ਜਾਂ ਬਾਕੀ ਉਹਨਾਂ ਦੇ ਸੰਬੰਧ ਚ ਪਿਛਲੇ ਦਿਨਾਂ ਚ। ਮੈਂ ਹੁਣ ਤੁਸੀਂ ਕੌਮੀ ਇਨਸਾਫ ਮੋਰਚੇ ਦੀ ਗੱਲ ਕੀਤੀ ਹੈ, ਉੱਥੇ ਕੋਈ ਬੰਦਾ ਨਹੀਂ ਬੈਠਾ ਹੋਇਆ ਇਹਨਾਂ ਦਾ, ਉਹ ਚਾਰ ਨਿਹੰਗ ਬੈਠੇ ਹੋਏ ਹੈ। ਰਾਦਰ ਇਹ ਬੰਦੀ ਸਿੰਘ ਵਾਲੇ ਦੇ ਕਾਜ਼ ਨੂੰ ਮਤਲਬ ਕਿ ਵੱਡੀ ਸੈਟਬੈਕ ਹੈ, ਜਿਸ ਢੰਗ ਦੇ ਨਾਲ ਇਹਨਾਂ ਨੇ ਸੜਕ ਬੰਦ ਕਰਵਾਈ ਹੋਈ ਹੈ, ਉੱਥੇ ਕੁਛ ਨਹੀਂ ਹੈ, ਫਟੇ ਹੋਏ ਟੈਂਟ ਹੈ ਤੇ ਚਾਰ ਨਿਹੰਗ ਉੱਥੇ ਆਪਣੇ ਘੋੜੇ ਭਜਾਈ ਫਿਰਦੇ, ਇਸ ਤੋਂ ਬਾਅਦ ਕੁਛ ਨਹੀਂ। ਮਤਲਬ ਕੀ ਤੁਸੀਂ ਕਰਨਾ ਚਾਹੁੰਦੇ ਆ, ਗੱਲ ਤਾਂ ਇਹ ਹੈ। ਇਹ ਇੱਕ ਐਂਗਲ ਤਾਂ ਹੈਗਾ ਹੀ ਹੈ ਕਿ ਲੋਕ ਸਮਰਥਨ ਨਹੀਂ ਮਿਲ ਰਿਹਾ ਤੇ ਸਗੋਂ ਨੈਗੇਟਿਵਿਟੀ ਹੁੰਦੀ ਆ। ਸਦਾ ਹਮੀਰ ਸਿੰਘ ਜੀ ਕੋਈ ਇੱਕ ਟਿੱਪਣੀ, ਫਿਰ ਮੈਂ ਉਸ ਤੋਂ ਬਾਅਦ ਅਗਲੇ ਮੁੱਦੇ ਤੇ ਜਾਵਾਂ। ਮੈਂ ਸਦਾ ਦਿਕਤਾਰ ਸਿੰਘ ਹੋਰਾਂ ਤੋਂ ਸ਼ੁਰੂ ਕਰਨਾ ਚਾਹੂੰਗਾ। ਜਿਹੜਾ ਇਹ ਗੱਲ ਹੈ ਵੀ ਹਰ ਤੀਜੇ ਦਿਨ ਹੁੰਦੀ ਹੈ ਨਾ, ਮੈਨੂੰ ਵੀ 25 ਸਾਲ ਇੱਥੇ ਹੀ ਹੋ ਗਏ ਨੇ ਤੇ ਹਰ ਤੀਜੇ ਦਿਨ ਕੋਈ ਮੁਜ਼ਾਹਰਾ ਨਹੀਂ ਹੁੰਦਾ ਕਦੇ। ਉਸ ਵੇਲੇ ਹੁੰਦਾ ਸੀ ਭਾਈ ਸਾਹਿਬ, ਉਸ ਵੇਲੇ ਹੁੰਦਾ ਸੀ, ਤੁਸੀਂ ਲੇਟ ਆਏ। ਮੈਨੂੰ ਗੱਲ ਕਰਨ ਦਿਓ ਜੀ, ਉਦੋਂ ਮੈਂ ਗੱਲ ਕਰਦਾ ਹੈ ਨਾ, ਤੁਸੀਂ ਸ਼ੁਰੂ ਹੀ ਗਲਤ ਕੀਤੀ ਹੈ ਤਾਂ ਮੈਂ ਟੋਕ ਨਾ, ਮੈਂ ਸ਼ੁਰੂ ਹੀ ਉਹਨੂੰ ਤੱਥਾਂ ਨਾਲ ਸਾਬਤ ਕਰਕੇ ਕਰੂੰਗਾ ਨਾ, ਵੈਸੇ ਨਹੀਂ ਕਰਦਾ, ਖਲਾਚ ਨਹੀਂ ਕਰਦਾ। ਮੈਂ ਇਹ ਕਹਿ ਰਿਹਾ ਕਿ ਅਸੀਂ ਸਾਰੇ ਰੋਜ਼ ਕਹਿੰਦੇ ਹਾਂ ਕਿ ਵਿਧਾਨ ਸਭਾ ਦੇ ਸੈਸ਼ਨ ਬਹੁਤ ਛੋਟੇ ਹੋ ਗਏ। ਵਿਧਾਨ ਸਭਾ ਵੱਲ ਜਿਹੜਾ ਮਾਰਚ ਦਾ ਕੁਐਸਚਨ ਹੈ ਕੇਵਲ ਸੈਸ਼ਨ ਦੌਰਾਨ ਹੁੰਦਾ, ਉਹ ਵੀ ਬਹੁਤ ਜ਼ਿਆਦਾ, ਜਿਹੜਾ ਸਭ ਤੋਂ ਜ਼ਿਆਦਾ ਕਦੇ ਹੁੰਦੇ ਨੇ ਉਹ ਬਜਟ ਸੈਸ਼ਨ ਦੌਰਾਨ ਹੁੰਦਾ, ਕਿਉਂਕਿ ਥੋੜ੍ਹਾ ਜਿਹਾ ਲੰਮਾ ਹੁੰਦਾ। ਇਸ ਲਈ ਜਿਹੜਾ ਇਹ ਕਹਿ ਦੇਣਾ ਹਰ ਤੀਜੇ ਦਿਨ ਦਾ, ਤਾਂ ਮਤਲਬ 365 ਦਿਨ ਚ ਤਾਂ ਫਿਰ 100 ਦਿਨ ਅਸੀਂ ਫੇਸ ਕੀਤਾ, ਤੁਸੀਂ ਕਮਾਲ ਕਰ ਰਹੇ ਹੋ, ਅਸੀਂ ਤਾਂ ਇੱਥੇ ਫੇਸ ਕਰ ਰਹੇ ਹਾਂ। ਮੈਂ ਵੀ ਇੱਥੇ ਹੀ ਹਾਂ ਜੀ, ਤੇ ਤੁਸੀਂ ਵੀ ਇੱਥੇ ਹੋ ਤਾਂ ਸਾਰੇ ਲੋਕ ਇੱਥੇ। ਇਹ ਮੈਂ ਨਹੀਂ ਮੰਨਦਾ, ਕੋਈ ਗੱਲ ਨਹੀਂ, ਤੁਸੀਂ ਨਾ ਮੰਨੋ, ਲੋਕ ਚੈੱਕ ਕਰ ਲੈਣਗੇ ਨਾ ਵੀ ਕੀ ਤੀਜੇ ਦਿਨ ਹੋ ਸਕਦਾ ਜਾਂ ਨਹੀਂ, ਇਹ ਸੰਭਵ ਹੈ ਜਾਂ ਨਹੀਂ। ਔਰ ਇਹ ਸੰਭਵ ਹੀ ਨਹੀਂ ਹੈ ਪ੍ਰੈਕਟਿਸ ਦੀ ਬੁਨਿਆਦ ਤੇ, ਤੱਥਾਂ ਦੀ ਬੁਨਿਆਦ ਤੇ ਹਰ ਤੀਜੇ ਦਿਨ ਤੇ ਪੂਰਾ ਸਾਲ ਲੋਕ ਇਹੀ ਕੰਮ ਕਰਦੇ ਨੇ, ਇਹ ਨਹੀਂ ਹੈ ਸੰਭਵ ਕਿਤੇ ਵੀ। ਪਰ ਦੂਜੀ ਗੱਲ ਮੇਰਾ ਕਹਿਣਾ ਇਹ ਵੀ ਹੋਰ ਗੱਲ ਹੈ, ਉਹ ਚਲੋ ਛੱਡੋ ਗੱਲ, ਇਹ ਤਾਂ ਇੱਕ ਗੱਲ ਹੈਗੀ ਹੈ ਕਿ ਤੱਥ ਉਸ ਲੈਵਲ ਦੇ ਉੱਤੇ, ਔਰ ਕੇਵਲ ਇੰਨਾ ਕਹਿ ਕੇ ਇਹਨਾਂ ਦਾ ਰਾਈਟ ਹੈ ਤੇ ਇੱਥੇ ਵਾਲੇ ਬੰਦੇ ਪਰੇਸ਼ਾਨ ਹੁੰਦੇ ਨੇ, ਇਹ ਕੋਈ ਨਖਲਸਤਾਨ ਹੈ ਕਿ ਇੱਕ ਪੂਰੇ ਦੇ ਪੂਰੇ ਲੋਕ ਡਿਸਟਰਬ ਹੋਣ, ਉਹਨਾਂ ਦੀ ਕੋਈ ਨਾ ਸੁਣੇ ਤੇ ਸਾਡੇ ਟੀਸ ਵੀ ਨਾ ਹੋਵੇ ਮਾੜੀ ਮੋਟੀ, ਸਾਨੂੰ ਤਾਂ ਫੁੱਲ ਰਾਈਟ ਦਿਓ ਜੀ। ਇਹ ਕਿਹੜੀ ਵਾਰ ਇੱਕ ਕਿਲੇ ਦੇ ਆਲੇ ਦੁਆਲੇ ਬਲ ਦਿੱਤੀ ਜਾਏ ਕਿ ਤੁਸੀਂ ਸਰੀਫ ਬੰਦੇ ਇੱਥੇ ਰਹੋ ਜੀ, ਤੁਹਾਡਾ ਤਾਂ ਕੋਈ ਗੱਲ ਨਹੀਂ, ਤੇ ਬਾਕੀ ਬੰਦੇ ਆਉਣਗੇ, ਕਿਤੇ ਡਿਸਟਰਬੈਂਸ ਨਹੀਂ ਹੋਏਗੀ।
ਅਸੀਂ ਜਿਹੜੇ ਨਾ ਜਦੋਂ ਇੱਕ ਜਾਨਦਾਰ ਤੇ ਜਸਟਿਸ ਦੀ ਆਵਾਜ਼ ਵੀ ਨਹੀਂ ਉਠਾਉਣਗੇ ਚੰਡੀਗੜ੍ਹ ਦੇ ਲੋਕ ਟ੍ਰਾਈ ਸਿਟੀ ਦੇ ਤੇ ਕਿਸੇ ਦੇ, ਬਲਕਿ ਉਹਨਾਂ ਨੂੰ ਆਵਾਜ਼ ਬਣਨਾ ਚਾਹੀਦਾ ਉਹਨਾਂ ਦੀ ਤਾਂ ਜਾ ਕੇ ਕਿ ਉਹ ਕਿਉਂ ਆਉਣ ਜੀ ਏਡੀ ਦੂਰੋਂ, ਇੰਨੀਆਂ ਕੁ ਮੰਗਾਂ ਨੇ ਇਹਦੇ ਲਈ, ਅਸੀਂ ਤੁਹਾਡੀ ਗੱਲ ਕਰਦੇ ਹਾਂ, ਸਿਵਲ ਸੁਸਾਇਟੀ ਗੱਲ ਕਰਦੀ ਹੈ। ਸਿਵਲ ਸੁਸਾਇਟੀ ਕੇਵਲ ਮੇਰਾ ਰਾਈਟ ਮੇਰਾ ਰਾਈਟ ਮੇਰਾ ਰਾਈਟ ਕੁਝ ਨਹੀਂ ਹੁੰਦਾ, ਰਾਈਟ ਗਿਵ ਐਂਡ ਟੇਕ ਨਾਲ ਹੁੰਦੇ ਨੇ, ਰਾਈਟ ਸਭ ਦੇ ਹੁੰਦੇ ਨੇ ਪਰ ਨਾਲ ਦੀ ਨਾਲ ਉਹਦੀਆਂ ਡਿਊਟੀ 'ਚ ਵੀ ਹੁੰਦੀਆਂ ਨੇ ਕੁਛ। ਐਜ ਏ ਸਿਵਲ ਸੁਸਾਇਟੀ ਉਹ ਆਪਣੀ ਡਿਊਟੀ ਪੂਰੀ ਨਾ ਕਰੇ ਤੇ ਰਾਈਟ ਰਾਈਟ ਲਏ ਤਾਂ ਠੀਕ ਹੈ, ਟਾਪੂ ਬਣਾ ਲਓ ਚੰਡੀਗੜ੍ਹ ਨੂੰ ਔਰ ਜਾਂ ਕਿਸੇ ਹੋਰ ਨੂੰ। ਜਿਹੜਾ ਉੱਥੋਂ ਚੱਕਿਆ ਗਿਆ, ਜਿਹੜਾ ਰਾਮਲੀਲਾ ਗਰਾਊਂਡ 'ਚ ਗਈ ਹੈ ਮੂਵਮੈਂਟ, ਤੇ ਉਹ ਕੇਵਲ ਇਸ ਲਈ ਗਈ ਹੈ ਕਿ ਪਹਿਲਾਂ ਵਾਲੀ ਜਗ੍ਹਾ ਥੋੜੀ ਸੀ, ਇਕੱਠ ਵੱਡੇ ਹੋਣ ਲੱਗ ਗਏ ਤੇ ਰਾਮਲੀਲਾ ਗਰਾਊਂਡ ਵੱਡੇ ਇਕੱਠ ਕਰਕੇ ਉੱਥੇ ਸਿਫਟ ਹੋਇਆ। ਉਹ ਕੇਵਲ ਇਸ ਕਰਕੇ ਉੱਥੇ ਛੋਟੇ ਛੋਟੇ ਧਰਨੇ ਤਾਂ ਹਜੇ ਵੀ ਟੈਂਟ ਲੱਗਦੇ ਨੇ ਤੇ ਇਦੋਂ ਪਹਿਲਾਂ ਵੀ ਲੱਗਦੇ ਰਹੇ ਨੇ, ਤੇ ਇੱਕ ਵਾਰ ਉੱਥੋਂ ਥਾਣੇ 'ਚੋਂ ਪਰਮਿਸ਼ਨ ਥਾਣਾ ਚੱਕ ਕੇ ਲੈ ਜਾਂਦਾ, ਫਿਰ ਲੋਕ ਆਉਂਦੇ ਨੇ, ਫਿਰ ਬਾਕੀ ਦੀਆਂ ਗੱਲਾਂ ਨੇ। ਬੁਨਿਆਦੀ ਕੁਐਸਚਨ ਕੀ ਹੈ? ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਕੀ ਇਸ ਦੇਸ਼ ਦੇ ਵਿੱਚ ਬਰਾਬਰ ਦੇ ਰਾਈਟ ਸਿਟੀਜ਼ਨ ਨੂੰ ਹੈਗੇ ਨੇ ਜਾਂ ਨਹੀਂ ਹੈਗੇ। ਦੂਜੀ ਗੱਲ, ਕੀ ਉਹ ਬੰਦੇ ਤੁਹਾਨੂੰ ਤੰਗ ਕਰਨ ਦੀ ਨਜ਼ਰ ਨਾਲ ਆਉਂਦੇ ਨੇ ਜਾਂ ਆਪਣੇ ਦੁੱਖ ਲੈ ਕੇ ਆਉਂਦੇ ਨੇ? ਮੋਟਿਵ ਕੀ ਹੈ? ਇਹਦੇ 'ਚੋਂ ਐਂ ਲੱਗਦਾ ਵੀ ਉਹ ਤਾਂ ਤੰਗ ਕਰਨ ਲਈ ਉਹ ਫਿਰਦੇ ਨੇ, ਵਿਹਲੇ ਬੰਦੇ ਨੇ, ਤੁਰੇ ਫਿਰਦੇ ਨੇ, ਤੇ ਅਸੀਂ ਠੀਕ ਠਾਕ ਆਦ ਬੰਦੇ ਹੈਗੇ ਹਾਂ ਇੱਥੇ, ਤੇ ਇਹਨਾਂ ਨੂੰ ਤਾਂ ਪਰੇਸ਼ਾਨ ਕਰ ਰਹੇ ਨੇ ਉਹ ਤਾਂ ਬੰਦੇ। ਇਹ ਨਜ਼ਰੀਆ ਬਣਦਾ, ਇਹਦੇ 'ਚ ਬਣਦਾ ਕਿ ਉਹ ਦੋ ਦਰਜੇ ਦੇ ਸ਼ਹਿਰੀ ਨੇ, ਬੇਅਕਲ ਨੇ, ਸਮਝਦਾਰ ਨਹੀਂ ਹੈ, ਨਹੀਂ ਤਾਂ ਉਹ ਸਮਝ ਤੋਂ ਕੰਮ ਲੈਣ, ਆਪਣਾ ਉੱਥੇ ਹੀ ਬੁਰਜਿਆ ਕਰਨ ਆਪਣੀ ਗੱਲ ਕਹਿ ਕੇ। ਇਹ ਜਿਹੜਾ ਨੈਰੇਟਿਵ ਹੈ ਨਾ, ਇਹ ਨੈਰੇਟਿਵ ਨਾਲ ਪ੍ਰੋਬਲਮ ਹੈ, ਹੋਰ ਕੋਈ ਗੱਲ ਨਹੀਂ ਹੈ ਕਿ ਬਾਕੀ ਦੀਆਂ ਗੱਲਾਂ। ਔਰ ਇਹਦੂ ਅਗਲਾ ਸਵਾਲ ਇਹ ਹੈ ਕਿ ਜੇਕਰ ਕੋਈ ਇਸ ਪੱਧਰ ਤੇ ਵੀ ਉੱਥੇ ਬਹੁਤ ਚੌੜੀਆਂ ਸੜਕਾਂ ਨੇ ਤੇ ਸਾਈਡ ਤੇ ਸੜਕ ਹੁੰਦੀ ਸੀ, ਸਾਈਡ ਤੇ ਧਰਨੇ ਲੱਗੇ ਨੇ, ਰੈਗੂਲਰ ਸੜਕ ਕਦੇ ਨਹੀਂ ਸੀ ਉਹ ਰੁਕਦੀ ਧਰਨਿਆਂ ਦੇ ਦੌਰਾਨ, ਜਿਹੜੀਆਂ ਬੰਦ, ਜਿਹੜੀ ਬੰਦ ਦੀ ਵੀ ਇੱਕ ਗੱਲ ਹੈ। ਹੁਣ ਜੇਕਰ ਤੁਸੀਂ ਬਾਹਰ ਕੱਢ ਦਿਓਗੇ, ਨਹੀਂ ਸੁਣੋਗੇ, ਤੇ ਸੱਤਾਧਾਰੀ ਇਹੀ ਚਾਹੁੰਦੇ ਨੇ, ਬਿਊਰੋਕਰੇਟ ਇਹੀ ਚਾਹੁੰਦਾ, ਤੇ ਸਾਰਾ ਕੁਝ ਉਸ ਲੈਵਲ ਤੇ ਗੱਲ ਜਿਹੜੀ ਚੱਲ ਰਹੀ ਹੈ। ਤੇ ਕੀ ਤੁਸੀਂ ਸ਼ਹਿਰ ਇਸ ਢੰਗ ਨਾਲ ਡਿਜ਼ਾਇਨ ਕੀਤੇ ਨੇ ਕਿ ਆਹ ਤੁਹਾਡੀਆਂ ਜਗ੍ਹਾ ਪ੍ਰੋਟੈਸਟ ਦੀਆਂ ਜਗ੍ਹਾ ਹੋਣਗੀਆਂ? ਵੈਸੇ ਅਸੀਂ ਇੱਥੇ ਗੱਲਬਾਤ ਕਰਦੇ, ਦੇਖੋ ਜੀ ਅਮਰੀਕਨ ਪ੍ਰੈਜੀਡੈਂਟ ਦੇ ਜਮਾਂ ਨੇੜੇ ਤੱਕ ਜਾ ਸਕਦੇ ਨੇ ਬੰਦੇ, ਕਨੇਡਾ 'ਚ ਇੱਥੇ ਤੱਕ ਜਾ ਕੇ ਆਪਣੀ ਗੱਲ ਕਹਿ ਸਕਦੇ ਨੇ ਸਿਟੀਜ਼ਨਜ਼ ਦੇ ਰਾਈਟਸ ਨੇ, ਉਹ ਵੀ ਐਂ ਨਾਰੇ ਮਾਰਦੇ ਨੇ, ਉਹ ਵੀ ਜਾ ਕੇ ਹਜੂਮ ਜਦੋਂ ਜਾਂਦਾ ਤਾਂ ਅੰਦਰ ਵਾੜਦੇ ਨੇ ਬਾਕੀ ਦੇ ਲੋਕਾਂ ਨੂੰ। ਕੋਈ ਐਂ ਨਹੀਂ ਹੈ ਕਿ ਉਹ ਬਹੁਤ ਐਵੇਂ ਜਾਂਦੇ ਨੇ, ਚੁੱਪ ਜਾਂਦੇ, ਉਹਨਾਂ ਦੇ ਪ੍ਰੋਟੈਸਟ ਯੂਰਪ ਦੇ ਦੇਖਦੇ ਆ ਜਦੋਂ ਜਿਸ ਲੈਵਲ ਦੀਆਂ ਗੱਲਾਂ, ਪਰ ਉਹ ਆਪਣੇ ਪੂਰੀ ਭੜਾਸ ਕੱਢਣ ਦੀ, ਪੂਰੀ ਅੰਦਰਲਾ ਮਨੋਵਿਗਿਆਨਕ ਸੈਟਿਸਫੈਕਸ਼ਨ ਕਰਨ ਦੀ ਇਜਾਜ਼ਤ ਦਿੰਦੇ ਨੇ। ਅਸੀਂ ਕਹਿੰਦੇ ਹਾਂ ਸਾਡੀ ਸੁਸਾਇਟੀ ਫਿਰ ਕਿਵੇਂ ਹੁੰਦੀ ਹੈ? ਉਹ ਜਿਹਾ ਮਾਇੰਡ ਸੈੱਟ ਹੈ, ਜਦੋਂ ਮਰਡਰ ਕੋਈ ਹੁੰਦਾ ਔਰ ਪੁਲਿਸ ਹਜ਼ਾਰਾਂ ਲੋਕਾਂ ਦੇ ਸਾਹਮਣੇ ਉਹਨੂੰ ਲਿਆ ਕੇ ਮਾਰਦੇ, ਅਸੀਂ ਤਾੜੀਆਂ ਵਜਾਉਂਦੇ, ਅਸੀਂ ਸੰਵਿਧਾਨ ਕਾਨੂੰਨ ਤੇ ਜਿਹੜੀ ਇੱਕ ਪੈਟਰਨ ਹੁੰਦਾ ਉਹ 'ਚ ਯਕੀਨ ਨਹੀਂ ਰੱਖਦੇ, ਉਹ ਕਹਿੰਦੇ ਚੰਗਾ ਕੀਤਾ ਇਹਨੇ ਆਹੀ ਕੰਮ ਕੀਤਾ ਸੀ। ਫਿਰ ਜਦੋਂ ਮੋੜਵੇਂ ਰੂਪ 'ਚ ਉਸੇ ਪੁਲਿਸ ਦਾ ਮੂੰਹ ਪੈ ਜਾਂਦਾ ਤੇ ਸਾਡੇ ਤੇ ਆਉਂਦੀ, ਉਦੋਂ ਕਹਿੰਦੇ ਬਹੁਤ ਮਾੜਾ ਕੀਤਾ ਇਹ ਤਾਂ ਕੰਮ, ਇਹ ਤਾਂ ਸੰਵਿਧਾਨ ਦਾ ਖਿਆਲ ਨਹੀਂ ਰੱਖਿਆ, ਇਹ ਤਾਂ ਬਾਕੀ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ। ਤੇ ਬਸ ਕੀ, ਵੈਸੇ ਅਸੀਂ ਇਹ ਕਹਿ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਫਾਂਸੀ ਨਹੀਂ ਹੋਈ ਸੀ ਜੀ, ਸਾਡਾ ਲੈਵਲ ਇਹ ਹੈ, ਦੇਖੋ ਅਸੀਂ ਆਹ ਗੱਲ ਕੀਤੀ, ਆਹ ਗੱਲ ਕੀਤੀ, ਆਹ ਗੱਲ ਕੀਤੀ, ਤੇ ਉਦੋਂ ਬਾਅਦ ਛੋਟਾ ਜਿਹਾ ਮਾਮਲਾ ਆਉਂਦਾ ਸੀ, ਕਹਿੰਦੇ ਫਾਂਸੀ ਦਿਓ ਸਾਰਿਆਂ। ਇਹ ਡਬਲ ਸਟੈਂਡਰਡ ਸੈਟਅਪ ਬਣਦਾ ਜਾ ਰਿਹਾ ਸੁਸਾਇਟੀ ਦਾ, ਕਿਉਂਕਿ ਅਸੀਂ ਕਨਵਿਕਸ਼ਨ ਨਾਲ ਕਿਸੇ ਵੀ ਗੱਲ ਤੇ ਨਹੀਂ ਖੜੇ। ਜੇ ਡੈਮੋਕਰੇਟਿਕ ਵੈਲਿਊ ਸਿਸਟਮ ਹੈ, ਜੇ ਲੋਕਾਂ ਦੇ ਰਾਈਟਸ ਦੇ ਸਵਾਲ ਨੇ ਤਾਂ ਉਹਦੇ ਨਾਲ ਖੜਨਾ ਪਏਗਾ, ਔਰ ਉਹ ਟਫ ਹਾਲਤ 'ਚ ਵੀ ਖੜਨਾ ਪਏਗਾ, ਜਿਹੜਾ ਮੈਨੂੰ ਤੰਗੀ ਦਿੰਦਾ ਉਹਦੇ ਨਾਲ ਵੀ ਖੜਨਾ ਪਏਗਾ। ਜੇ ਇਦੋਂ ਬਿਨਾਂ ਕਿ ਜਿਹੜਾ ਮੈਂ ਜਦੋਂ ਮੈਂ ਜਾਬ 'ਚ ਫਸ ਗਿਆ ਤੇ ਉਦੋਂ ਕਹਿੰਦੇ ਤਾਂ ਬਹੁਤ ਘਟੀਆ ਕੰਮ ਹੈ, ਜਿੱਦਣ ਜਨਰਲ ਹੈ ਉਦੋਂ ਅਸੀਂ ਉਹ ਕਰਦੇ। ਇਹ ਇੱਕ ਇੰਡੀਅਨ ਸੁਸਾਇਟੀ ਦੇ ਵਿੱਚ ਇੱਕ ਮਾਪਦੰਡ ਨੇ, ਉਸ ਲੈਵਲ ਦੇ ਚਲੇ ਜਾ ਰਹੇ ਨੇ, ਔਰ ਇਸ ਕਰਕੇ ਇਹ ਜ਼ਰੂਰੀ ਚੀਜ਼ ਹੈ ਕਿ ਡਿਸਾਈਡ ਕਰਨਾ ਪਏਗਾ ਕਿ ਕੰਟਰੀ ਡੈਮੋਕ੍ਰੇਟਿਕ ਕੰਟਰੀ ਹੈ। ਇਹ ਕੰਟਰੀ ਦੇ ਵਿੱਚ ਆ ਕੇ ਜਿੱਥੇ ਬੰਦੇ ਬੈਠਦੇ ਨੇ ਉਹਦੀ ਸੁਣਵਾਈ, ਵੈਸੇ ਤਾਂ
ਇਹ ਗੁੱਸਾ ਕਿਉਂ ਨਹੀਂ ਚੜ੍ਹਦਾ ਸਾਰੀ ਸਿਵਲ ਸੁਸਾਇਟੀ ਨੂੰ ਕਿ ਇੱਥੇ ਆਉਣਾ ਕਿਉਂ ਪਵੇ ਟਰੈਕਟਰ ਟਰਾਲੀਆਂ ਲੈ ਕੇ ਹਜ਼ਾਰਾਂ ਬੰਦੇ ਨੂੰ? ਤੁਹਾਡਾ ਪ੍ਰਸ਼ਾਸਨ ਕੀ ਕਰਦਾ ਰਸਤੇ ਚ? ਤੁਸੀਂ ਕੀ ਕਰਦੇ ਹੋ ਐਜ ਏ ਗੌਰਮੈਂਟ? ਤੁਸੀਂ ਉੱਥੇ ਜਾ ਕੇ ਸੁਣਦੇ ਕਿਉਂ ਨਹੀਂ ਉਹਨਾਂ ਦੀਆਂ ਸਮੱਸਿਆਵਾਂ? ਹੋਣਾ ਤਾਂ ਇਦੋਂ ਉਲਟ ਡਾਇਰੈਕਸ਼ਨ ਚਾਹੀਦਾ ਉਹ ਚੀਜ਼। ਅਸੀਂ ਵਿਲਨ ਦੂਜੇ ਪਾਸੇ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਕੇਵਲ ਇੱਕ ਗੱਲ ਕਹਿ ਕੇ। ਮੈਨੂੰ ਇਹਦੇ ਨਾਲ ਪ੍ਰੋਬਲਮ ਹੈ, ਹੋਰ ਕੋਈ ਪ੍ਰੋਬਲਮ ਨਹੀਂ ਹੈ। ਇਕੱਲੇ ਕਿਸਾਨਾਂ ਦਾ ਸਵਾਲ ਨਹੀਂ ਇਹ, ਮਜ਼ਦੂਰਾਂ ਨੂੰ ਤਾਂ ਬਿਲਕੁਲ ਹੀ ਨਹੀਂ ਸੁਣਿਆ ਜਾਂਦਾ। ਚੀਫ ਮਿਨਿਸਟਰ ਵਾਰ ਵਾਰ ਮੀਟਿੰਗ ਰੱਖ ਕੇ ਮੀਟਿੰਗ ਕੈਂਸਲ ਕਰ ਦਿੰਦਾ। ਜਿਹੜੇ ਹਾਸੀਆ ਗ੍ਰਸਤ ਬੰਦੇ ਨੇ ਉਹਨਾਂ ਦੀ ਕੋਈ ਸੁਣਵਾਈ। ਇੰਡਸਟਰੀਲਿਸਟ ਨੂੰ ਲੋੜ ਨਹੀਂ ਹੈ ਪ੍ਰੋਟੈਸਟ ਕਰਨ ਦੀ, ਕਿਸੇ ਵੱਡੇ ਤਕੜੇ ਬੰਦੇ ਨੂੰ ਲੋੜ ਨਹੀਂ ਹੈ ਪ੍ਰੋਟੈਸਟ ਕਰਨ ਦੀ, ਕਿਉਂਕਿ ਉਹਨਾਂ ਤਾਂ ਠੰਡੇ ਥਾਂ ਬੁਲਾ ਕੇ ਸੁਣਿਆ ਜਾਂਦਾ, ਡਿਨਰ ਤੇ ਸੁਣਿਆ ਜਾਂਦਾ, ਬ੍ਰੇਕਫਾਸਟ ਤੇ ਸੁਣਿਆ ਜਾਂਦਾ, ਵੱਖ ਵੱਖ ਥਾਵਾਂ ਤੇ ਸੁਣਿਆ ਜਾਂਦਾ। ਔਰ ਇਸੇ ਢੰਗ ਨਾਲ ਬਜਟ ਆਉਂਦਾ, CII ਤਾਂ ਬਣਾ ਕੇ ਦੇ ਦਿੰਦੀ ਆ ਬਜਟ ਵੀ ਆਹ ਹੈ ਸਾਡਾ ਹਿੱਸਾ, PhD ਚੈਂਬਰ ਆਫ ਕਮਰਸ ਬਣਾ ਕੇ ਦੇ ਦਿੰਦੀ ਆ ਕਿ ਸਾਡਾ ਆਹ ਹਿੱਸਾ। ਤੇ ਤੁਸੀਂ ਦੇਖੋ ਕਦੇ ਕਿਸਾਨਾਂ ਨਾਲ ਦੇਖੇ ਨੇ ਕਿ ਕੰਸਲਟਿੰਗ ਹੋ ਰਹੀ ਹੈ, ਕੰਸਲਟੇਸ਼ਨ ਹੋ ਰਹੀ ਹੈ ਜਾਂ ਮਜ਼ਦੂਰ ਨਾਲ ਕੰਸਲਟੇਸ਼ਨ ਹੋ ਰਹੀ ਹੈ? ਇਹ ਦੋਮ ਲੈਵਲ ਦਾ ਇੱਕ ਕੰਮ ਜਾ ਰਿਹਾ ਤੇ ਜਿਹਦੇ ਲਈ ਮੇਰੇ ਖਿਆਲ ਅਜੇ ਬਹੁਤ ਪੜਾਅ ਤੈਅ ਕਰਨਾ। ਔਰ ਜਿਹੜਾ ਪ੍ਰਸ਼ਾਸਨ ਨੂੰ ਇਹ ਕੋਈ ਹੱਕ ਨਹੀਂ ਹੈ ਕਿਸੇ ਵੀ ਕਿਸਮ ਦਾ, ਜਾਂ ਕਿਸੇ ਕੋਈ ਵੀ ਬੰਦਾ ਕਿਤੇ ਵੀ ਵੱਸ ਗਿਆ ਉਹਨੂੰ ਇਹ ਕੋਈ ਹੱਕ ਨਹੀਂ ਹੈ ਕਿ ਦੂਜੇ ਨੂੰ ਰੋਕ ਦੇਗਾ ਉੱਥੇ ਜਾਣ ਤੋਂ। ਜਿੱਥੇ ਸਾਡਾ ਬਰਾਬਰ ਦਾ ਹੱਕ ਹੈ ਉੱਥੇ ਉਹਦਾ ਵੀ ਹੱਕ। ਹੱਕ ਕਿਵੇਂ ਉਹ ਡਿਸਟਰਬੈਂਸ ਘੱਟ ਸਕਦੀ ਹੈ ਇਹਦੇ ਤੇ ਗੱਲ ਹੋ ਸਕਦੀ ਹੈ ਥੋੜ੍ਹੀ ਬਹੁਤ, ਵੀ ਇਹਨੂੰ ਇਸ ਢੰਗ ਨਾਲ ਕੰਪੈਰੇਟਿਵਲੀ ਘਟਾਈ ਜਾ ਸਕਦੀ ਹੈ ਮੁਕਾਬਲਤਨ। ਉਹਦੇ 'ਚ ਮੇਜਰ ਰੋਲ ਦੇ ਤੌਰ 'ਤੇ ਗੌਰਮੈਂਟ ਔਰ ਜਿਹੜੇ ਮੇਨ ਫੋਰਸ ਆ ਜਿਹਨੇ ਉਹ ਡਿਸਾਈਡ ਕਰਨਾ ਉਹ ਆਉਂਦੀ ਹੈ, ਵਿਕਟਮ ਨਹੀਂ ਆਉਂਦਾ। ਬਲੇਮ ਦਾ ਵਿਕਟਮ ਥਿਉਰੀ ਜਿਹੜੀ ਹੁੰਦੀ ਹੈ ਬਹੁਤ ਖਤਰਨਾਕ ਹੈ ਜਦੋਂ ਸੋਸਾਇਟੀ ਸਟੇਟ ਨਾਲ ਖੜ ਜਾਂਦੀ। ਜੀ ਸਰਦਾਰ ਜਗਤਾਰ ਸਿੰਘ ਜੀ ਕੁਛ ਕਹਿਣਾ ਜੀ ਇੱਥੇ? ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਇਹ ਵੀ ਗੱਲ ਕਿੱਧਰ ਤੇ ਕਿੱਧਰ ਚਲੀ ਗਈ, ਹੁਣ ਮੈਂ ਕੁਛ ਵੀ ਨਹੀਂ ਕਹਿਣਾ ਬਿਲਕੁਲ ਇੱਥੇ। ਆਪਾਂ ਅਗਲੇ ਮੁੱਦੇ ਤੇ ਚੱਲੀਏ। ਹਾਂਜੀ ਅਗਲੇ ਤੇ ਮੈਂ ਚਾਹੂੰਗਾ ਕਿ ਤੁਸੀਂ ਅੱਜ ਦੇਖਿਆ ਹੀ ਹੋਣਾ, ਕੱਲ ਸੁਖਬੀਰ ਸਿੰਘ ਬਾਦਲ ਗਏ ਸੀਗੇ ਅਕਾਲ ਤਖ਼ਤ ਸਾਹਿਬ ਤੇ, ਉਸ ਤੋਂ ਪਹਿਲਾਂ ਪਰਸੋਂ ਸਿੰਘ ਸਾਹਿਬਾਨ ਨੇ ਹੁਕਮਨਾਮਾ ਦਿੱਤਾ ਸੀ ਜਿਹ 'ਚ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਸੀਗਾ। ਔਰ ਅੱਜ ਮੈਂ ਦੇਖ ਰਿਹਾ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਕੁਝ ਪੰਚਾਇਤਾਂ, ਮਾਫ਼ ਕਰਨਾ ਪੰਚਾਇਤਾਂ ਨਹੀਂ, ਫਤਿਹਗੜ੍ਹ ਜ਼ਿਲ੍ਹੇ ਦੇ ਕੁਝ ਪਿੰਡ ਔਰ ਗੁਰਦੁਆਰਾ ਕਮੇਟੀਆਂ ਵੱਲੋਂ ਕੁਛ ਮਤੇ ਪਾਏ ਗਏ ਨੇ ਜਿਨ੍ਹਾਂ ਦਾ ਜ਼ਿਕਰ ਨਿਊਜ਼ ਵਿੱਚ ਆ ਰਿਹਾ। ਔਰ ਮੈਂ ਇਹਨਾਂ ਪਿੰਡਾਂ ਦਾ ਜੇ ਜ਼ਿਕਰ ਕਰਾਂ, ਮੈਂ ਦੇਖ ਰਿਹਾ ਸੀ ਗੰਡੂਆ ਕਲਾਂ, ਫਤਿਹਗੜ੍ਹ ਜੱਟਾਂ, ਕਲੌਂਦੀ, ਨਗਾਵਾਂ, ਆਲਮਪੁਰ, ਰਾਮਪੁਰ, ਦਮਹੇੜੀ, ਇਹ ਸਾਰੇ ਪਿੰਡਾਂ ਦੇ ਵਿੱਚ ਐਸੇ ਮਤਿਆਂ ਦਾ ਜ਼ਿਕਰ ਹੋ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਨਿਰਧਾਰਿਤ ਸਮੇਂ ਲਈ ਸਿਆਸਤ ਤੋਂ ਵੱਖ ਕਰਨ ਸਿੰਘ ਸਾਹਿਬਾਨ ਔਰ ਅਕਾਲ ਤਖ਼ਤ ਸਾਹਿਬ ਨੂੰ ਭੇਜੀਆਂ ਜਾ ਰਹੀਆਂ ਗੱਲਾਂ। ਇਹ ਮੈਂ ਜੇ ਦੇਖ ਰਿਹਾ ਕਿ ਇਸ ਤਰ੍ਹਾਂ ਦੀ ਕੰਪੇਨ ਤਾਂ ਬੜੀ ਖਤਰਨਾਕ ਮੋੜ ਵੀ ਲੈ ਜਾਂਦੀ ਹੈ। ਇਸ ਤਰ੍ਹਾਂ ਦੀ ਮੰਗ ਜੇ ਕਿਧਰੇ ਮੂਵ ਬਣ ਜਾਂਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਲਈ ਤਾਂ ਇਹ ਇੱਕ ਥ੍ਰੈਟ ਹੈਗਾ ਹੀ ਆ। ਅਕਾਲੀ ਦਲ ਲਈ ਵੀ ਇਸ ਲੀਡਰਸ਼ਿਪ ਦਾ ਇਹਤੇ ਪਾਸੇ ਹੋਣ ਦਾ ਦਬਾਅ ਤਾਂ ਹੋਰ ਵੱਧ ਜੂਗਾ, ਸਿੰਘ ਸਾਹਿਬਾਨ ਲਈ ਵੀ ਇਹਦੇ ਤੇ ਫੈਸਲਾ ਲੈਣਾ ਥੋੜਾ ਟਫ ਹੋ ਜੂਗਾ। ਜੀ ਮੈਂ ਕਿਵੇਂ ਲਵਾਂ ਇਹਨੂੰ? ਸੁਖਬੀਰ ਸਿੰਘ ਬਾਦਲ ਦੇ ਲੀਡਰਸ਼ਿਪ ਤੇ ਤਾਂ ਆਲਰੇਡੀ ਕੁਐਸਚਨ ਮਾਰਕ ਲੱਗ ਗਏ, ਤਨਖਾਹੀਆਂ ਡਿਕਲੇਅਰ ਹੋ ਗਏ, ਤੁਸੀਂ ਕਿਹਾ ਵੀ ਥ੍ਰੈਟ, ਉਹ ਤਾਂ ਆਲਰੇਡੀ ਤਨਖਾਹੀਏ ਹੈਗੀ ਆ। ਹੁਣ ਮੈਂ ਤਾਂ ਕਦੇ ਦੇਖਿਆ ਨਹੀਂ ਪਿਛਲੇ ਇਤਿਹਾਸ ਦੇ ਵਿੱਚ ਕਿ ਜਿਸ ਪ੍ਰਧਾਨ ਤੇ ਐਸਾ ਕੋਈ ਗੱਲ ਹੋਈ ਹੋਵੇ ਉਹ ਮੁੜ ਕੇ ਮੇਨ ਸਟ੍ਰੀਮ ਦੇ ਵਿੱਚ ਰਿਹਾ ਹੋਵੇ। ਬਾਕੀ ਇਹ ਤਾਂ ਫੈਸਲਾ ਲੋਕਾਂ ਨੇ ਕਰਨਾ ਵੀ ਉਹਨਾਂ ਨੂੰ ਕਿਵੇਂ ਟ੍ਰੀਟ ਕਰਨਾ, ਕੀ ਕਰਨਾ, ਹਾਲੇ ਤਾਂ ਸ਼ੁਰੂਆਤ ਹੈ ਸਾਰੀ ਗੱਲ ਦੀ। ਮੈਂ ਇਹ ਕ੍ਰੋਸ ਚੈੱਕ ਵੀ ਕੀਤਾ, ਤੁਸੀਂ ਖਬਰ ਜਦੋਂ ਮੈਂ ਦੇਖੀ ਨਾ ਕਿ ਇਹ ਪਿੰਡਾਂ ਦੇ ਵਿੱਚੋਂ ਇਹ ਮਤੇ ਪਾਸ ਹੋ ਰਹੇ ਆ, ਮੈਂ ਕਿਹਾ ਕ੍ਰੋਸ ਚੈੱਕ ਵੀ ਕਰਕੇ ਦੇਖੀਏ ਵੀ ਹੈ ਕੀ ਹੈ। ਜੀ ਕਾਫੀ ਪਿੰਡਾਂ ਦੇ ਵਿੱਚੋਂ ਇਹ ਖਬਰ ਪਤਾ ਲੱਗਿਆ ਵੀ ਇਹ ਮਤੇ ਇਸ ਢੰਗ ਦੇ ਨਾਲ ਪਾਸ ਕੀਤੇ ਹੋ ਰਹੇ ਆ, ਤੇ ਗਲਤ ਚੇਨ ਰਿਐਕਸ਼ਨ ਜਿਵੇਂ ਕਹਿ ਰਹੇ ਆ ਨਾ ਉਸ ਤਰ੍ਹਾਂ ਸ਼ੁਰੂ ਹੋ ਗਿਆ।
ਨਵੇਂ ਤੁਹਾਨੂੰ ਯਾਦ ਹੋਵੇ ਜਦੋਂ ਝੁੰਦਾ ਕਮੇਟੀ ਨੇ ਅਸੈਸਮੈਂਟ ਸ਼ੁਰੂ ਕੀਤੀ ਸੀ ਹਲਕਾ ਵਾਈਜ਼, ਤੇ ਜਿਹੜੀ ਪਹਿਲੀ ਰਿਪੋਰਟ ਅਖਬਾਰਾਂ 'ਚ ਆਈ ਸੀਗੀ ਜੀ ਕਿ ਲੋਕ ਲੀਡਰਸ਼ਿਪ ਚੇਂਜ ਦੀ ਮੰਗ ਕਰ ਰਹੇ ਹੈ, ਉਹ ਫਤਿਹਗੜ੍ਹ ਸਾਹਿਬ ਤੋਂ ਹੀ ਆਈ ਸੀ ਜਦੋਂ ਇੱਥੇ ਝੁੰਦਾ ਕਮੇਟੀ ਦੀ ਮੀਟਿੰਗ ਹੋਈ ਨਾ ਲੋਕਾਂ ਦੇ ਨਾਲ, ਤੇ ਉਹਦੀ ਜਿਹੜੀ ਬਾਅਦ 'ਚ ਖਬਰ ਛਪੀ ਉੱਥੋਂ ਇਹ ਗਲਤ ਹੋਈ ਸੀ, ਚੱਲਦੀ ਚੱਲਦੀ ਇਹ ਫਿਰ ਸਾਰੇ ਪਹੁੰਚ ਗਈ ਸੀਗੀ। ਸੋ ਇਹ ਇੱਕ ਸੈਂਟੀਮੈਂਟ ਹੈਗਾ, ਆਪਾਂ ਰੋਜ਼ ਇਹ ਦੇਖ ਰਹੇ ਹਾਂ ਲਗਾਤਾਰ। ਰਾਦਰ ਤੁਸੀਂ ਦੇਖ ਲਓ ਵੀ ਜਿਹੜਾ ਕੱਲ੍ਹ ਦਾ ਜਿਸ ਢੰਗ ਦੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਇਹਨਾਂ ਦੇ ਸਾਥੀ ਕੱਲ੍ਹ ਗਏ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਇਹਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਰਿਐਕਸ਼ਨ ਕਿਸ ਢੰਗ ਦੇ ਨਾਲ ਮੀਡੀਆ ਦੇ ਵਿੱਚ ਵੀ ਆ ਗਿਆ, ਸਾਰਾ ਸੋਸ਼ਲ ਮੀਡੀਆ 'ਤੇ ਵੀ, ਪ੍ਰਿੰਟ ਮੀਡੀਆ 'ਤੇ ਵੀ, ਸਾਰਿਆਂ 'ਤੇ ਰਿਐਕਸ਼ਨ ਪਿਆ, ਲੋਕਾਂ ਨੇ ਲਾਈਕ ਨਹੀਂ ਕੀਤਾ ਇਸ ਚੀਜ਼ ਨੂੰ ਵੀ, ਉਹ ਬੜਾ ਸਪਸ਼ਟ ਹੈਗਾ। ਸੋ ਇੱਕ ਸੈਕਸ਼ਨ ਲਗਾਤਾਰ ਇਹਨਾਂ ਸਿਚੁਏਸ਼ਨ 'ਤੇ ਰਿਐਕਟ ਕਰ ਰਿਹਾ, ਅਤੇ ਜਦੋਂ ਰਿਐਕਸ਼ਨ ਇਸ ਢੰਗ ਨਾਲ ਹੋਵੇ ਅਤੇ ਪੰਚਾਇਤਾਂ ਮਤੇ ਪਾਸ ਕਰਨੇ ਸ਼ੁਰੂ ਕਰ ਦੇਣ, ਅਤੇ ਇਹ ਲੀਡਰਸ਼ਿਪ ਵਾਸਤੇ ਹੋਰ ਵੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਜਿਹੜੀ ਮੌਜੂਦਾ ਲੀਡਰਸ਼ਿਪ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਹੈਗੀ। ਹੁਣ ਤਾਂ ਅਕਾਲੀ ਦਲ ਵੀ ਦੋ ਹੋ ਗਏ, ਇੱਕ ਭਾਵੇਂ ਸਧਾਰਨ ਅਕਾਲੀ ਦਲ ਹੈ ਅਤੇ ਦੂਜਾ ਅਕਾਲੀ ਦਲ ਹੈ ਮੇਨ ਸਟ੍ਰੀਮ, ਅਤੇ ਇਸ਼ੂ ਗਲਤਾਂ ਰਿਵਾਈਵਲ ਦੀ ਸੀਗੀ ਬਈ ਕਿ ਸੁਖਬੀਰ ਸਿੰਘ ਬਾਦਲ ਇਸ ਰੂਟ ਤੋਂ ਸੁਰਖੁਰ ਹੋ ਕੇ ਅਕਾਲ ਤਖ਼ਤ ਵਾਲੇ ਪਾਸਿਓ ਵਾਪਸ ਆਪਣੀ ਲੀਡਰਸ਼ਿਪ ਸੰਭਾਲ ਲੈਣਗੇ। ਇਹ ਜਿਹੜੀ ਇੰਡੀਕੇਸ਼ਨ ਅੱਜ ਆਈ ਹੈ ਇਹ ਉਹਦੇ ਬਿਲਕੁਲ ਉਲਟ ਹੈ ਕਿ ਲੋਕ ਹੁਣ ਛੇਤੀ ਕੀਤਿਆਂ ਕਿਸੇ ਸਿਚੁਏਸ਼ਨ ਦੇ ਨਾਲ ਜੇ ਸਾਫਟ ਫੈਸਲਾ ਅਕਾਲ ਤਖ਼ਤ ਆਉਂਦਾ ਉਹਦੇ ਨਾਲ ਮੈਨੂੰ ਲੱਗਦਾ ਕੰਪਰੋਮਾਈਜ਼ ਨਹੀਂ ਕਰਨਗੇ। ਇੱਥੇ ਮੈਂ ਗੱਲ ਇੱਕ ਹੋਰ ਨਾਲ ਜੋੜਨੀ ਚਾਹੂੰਗਾ ਕਿ ਅੱਜ ਕੱਲ੍ਹ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਵਰਕਿੰਗ ਪ੍ਰੈਜ਼ੀਡੈਂਟ ਵਜੋਂ ਕੰਮ ਕਰ ਰਹੇ ਆ, ਮੈਂ ਦੇਖਿਆ ਕਿ ਉਹਨਾਂ ਦੀਆਂ ਸਰਗਰਮੀਆਂ ਵੀ ਕਾਫੀ ਪੋਜ਼ਿਟਿਵਿਟੀ ਨਾਲ ਅੱਗੇ ਵੱਧ ਰਹੀਆਂ ਨੇ, ਔਰ ਜਿਸ ਤਰ੍ਹਾਂ ਦੇ ਸੁਨੇਹਿਆਂ ਦਾ ਆਦਾਨ ਪ੍ਰਦਾਨ ਹੋਣ ਦੀ ਖਬਰ ਆ ਰਹੀ ਅੰਦਰ ਖਾਤਿਓ, ਕਿਸੇ ਨਾ ਪੱਧਰ ਤੇ ਜਿਹੜੇ ਇਹ ਬਾਗੀ ਧੜਾ ਹੈ ਉਹਦੇ ਲੀਡਰਾਂ ਨੂੰ ਵੀ ਮੈਸੇਜ ਲੱਗ ਰਿਹਾ ਕਿ ਆਪਾਂ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਰੂਪ ਚ ਵਾਪਸ ਲਿਆਈਏ, ਖੜਾ ਕਰੀਏ। ਤੁਹਾਨੂੰ ਲੱਗਦਾ ਹੈ ਕਿ ਜੇਕਰ ਸੱਚਮੁੱਚ ਸੁਖਬੀਰ ਸਿੰਘ ਬਾਦਲ ਥੋੜੇ ਸਮੇਂ ਲਈ ਪਾਸੇ ਹੋ ਜਾਂਦੇ ਆ ਜਾਂ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆ ਜਾਂਦਾ, ਜਿਹਦੀ ਉਮੀਦ ਅਜੇ ਘੱਟ ਹੈ ਕਿ ਤੁਰੰਤ ਪ੍ਰਭਾਵ ਨਾਲ ਹੋਊਗਾ, ਇਹ ਮਹੀਨਿਆਂ ਤੱਕ ਵੀ ਫੈਲ ਸਕਦਾ, ਇਹ ਸਮਾਂ ਲੱਗ ਸਕਦਾ। ਸੋ ਇਹ ਜਿਹੜੀ ਇੱਕ ਨਵੀਂ ਲੀਡਰਸ਼ਿਪ ਆਪਸ ਵਿੱਚ ਤਾਲਮੇਲ ਆਪਸ ਵਿੱਚ ਰਲ ਕੇ ਚੱਲਣ ਵਾਲੀ ਗੱਲ, ਇਹਦੀਆਂ ਸੰਭਾਵਨਾਵਾਂ ਤੁਸੀਂ ਰੂਲ ਆਊਟ ਕਰਦੇ ਹੋ ਜਾਂ ਇਹ ਸੰਭਵ ਹੈਗਾ? ਭੁੰਦੜ ਸਾਹਿਬ ਦੀ ਸਿਰਫ ਇੱਕੋ ਹੀ ਸਮੱਸਿਆ ਹੈ, ਬਾਕੀ ਤਾਂ ਠੀਕ ਠਾਕ, ਸਾਫ ਲੀਡਰ ਹੈਗੇ, ਪੁਰਾਣੇ ਸਭ ਤੋਂ ਸੀਨੀਅਰ ਲੀਡਰ ਹੈਗੇ ਹੋ, ਉਹ ਬਾਦਲ ਫੈਮਿਲੀ ਦੇ ਲਾਇਲਿਸਟ ਹੈ, ਉਹਨਾਂ ਦੇ ਜਿਹੜੇ ਉਹਨਾਂ ਬਾਰੇ ਪਰਸੈਪਸ਼ਨ ਹੈ ਨਾ ਜਿਹੜੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਹੈ ਜੋ ਕੁਛ ਉਹਨਾਂ ਦੇ ਬਾਰੇ ਇੰਪ੍ਰੈਸ਼ਨ, ਉਹ ਬਾਦਲ ਫੈਮਿਲੀ ਨਾਲ ਲਾਇਲਿਸਟ ਹੁੰਦਾ। ਪਾਰਟੀ ਦਾ ਲੀਡਰ ਹੋਣਾ ਵੱਖਰੀ ਗੱਲ ਹੈ ਤੇ ਬਾਦਲ ਫੈਮਿਲੀ ਦਾ ਲਾਇਲਿਸਟ ਹੋਣਾ ਰੰਧਾਵਾ ਜੀ ਵੱਖਰੀ ਗੱਲ ਹੈ। ਨਹੀਂ ਪਰ ਮੈਨੂੰ ਇਹ ਵੀ ਦੱਸਿਓ ਵੀ ਜਦੋਂ ਜਿੰਨਾ ਚਿਰ ਤਾਂ ਆਪਾਂ ਦੂਜੀ ਕਤਾਰ ਵਿੱਚ ਹੈ ਜਾਂ ਅਸੀਂ ਲੀਡਰ ਦੇ ਨਾਲ ਆ, ਉਹਨਾਂ ਚਿਰ ਵਫਾਦਾਰੀ ਦੇ ਮਾਇਨੇ ਹੋਰ ਹੁੰਦੇ ਆ, ਜਦੋਂ ਕੋਈ ਕੁਰਸੀ ਮਿਲ ਜਾਂਦੀ ਆ ਉਦੋਂ ਸ਼ਾਇਦ ਅਰਥ ਵੀ ਬਦਲ ਜਾਂਦੇ ਨੇ, ਜਦੋਂ ਤੁਹਾਡੇ ਕੋਲ ਤੁਸੀਂ ਆਪ ਕਾਇਮ ਮੁਕਾਮ ਹੋ ਜਾਂਦੇ ਹੋ ਫਿਰ ਚੀਜ਼ਾਂ ਬਦਲ ਨਹੀਂ ਜਾਂਦੀਆਂ ਜੀ। ਹਾਲੇ ਤਾਂ ਕੁਰਸੀ ਮਿਲੀ ਨਹੀਂ, ਇਹ ਤਾਂ ਸੁਖਬੀਰ ਸਿੰਘ ਬਾਦਲ ਦੇ ਡਿਸਕ੍ਰਿਪਸ਼ਨ ਤੇ ਹੈ, ਇਹ ਪਾਰਟੀ ਨੇ ਥੋੜੀ ਕੁਰਸੀ ਦਿੱਤੀ ਉਹਨਾਂ ਨੂੰ, ਇੱਥੇ ਹੀ ਫਰਕ ਹੈ ਸਾਰਾ ਰੰਧਾਵਾ ਜੀ ਆ ਕੇ, ਉਹਨਾਂ ਨੂੰ ਤਾਂ ਨੋਮੀਨੇਟ ਕੀਤਾ ਸੁਖਬੀਰ ਸਿੰਘ ਬਾਦਲ ਨੇ,
ਉਹਨਾਂ ਨੇ ਵਾਇਆ ਮੀਡੀਆ ਕੱਢਿਆ ਵੀ ਮੈਂ ਤਾਂ ਇੰਪ੍ਰੈਸ਼ਨ ਇਹ ਦੇ ਰਿਹਾ ਕਿ ਨਿਮਾਣਾ ਸਿੱਖ ਬਣ ਕੇ ਮੈਂ ਅਕਾਲ ਤਖ਼ਤ ਸਾਹਿਬ ਤੇ ਜਾ ਰਿਹਾ। ਪ੍ਰਧਾਨ ਤਾਂ ਸੁਖਬੀਰ ਸਿੰਘ ਬਾਦਲ ਆ, ਜਦੋਂ ਮਰਜ਼ੀ ਇਹਨਾਂ ਤੋਂ ਫੀਤੀ ਵਾਪਸ ਲੈ ਲੇ। ਜੇ ਜੇ ਸੁਖਬੀਰ ਸਿੰਘ ਬਾਦਲ ਨੇ ਰਿਜ਼ਾਈਨ ਕੀਤਾ ਹੁੰਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਵਰਕਿੰਗ ਕਮੇਟੀ ਨੇ ਭੁੱਦੜ ਸਾਹਿਬ ਨੂੰ ਆਪਣਾ ਐਕਟਿੰਗ ਪ੍ਰੈਜੀਡੈਂਟ ਅਪੁਆਇੰਟ ਕੀਤਾ ਹੁੰਦਾ। ਹੁਣ ਮੈਂ ਐਕਟਿੰਗ ਪ੍ਰੈਜੀਡੈਂਟ ਵਰਤ ਰਿਹਾ, ਵਰਕਿੰਗ ਪ੍ਰੈਜੀਡੈਂਟ ਨੇ ਜੀ, ਵਰਕਿੰਗ ਤੇ ਐਕਟਿੰਗ ਦੇ ਵਿੱਚ ਫਰਕ ਹੈਗਾ। ਜੇ ਇਹ ਐਕਟਿੰਗ ਪ੍ਰੈਜੀਡੈਂਟ ਹੁੰਦੇ ਤੇ ਇਹਨਾਂ ਨੂੰ ਇਲੈਕਟ ਕੀਤਾ ਹੁੰਦਾ ਵਰਕਿੰਗ ਕਮੇਟੀ ਨੇ, ਫਿਰ ਇਹਨਾਂ ਦੀ ਹੈਸੀਅਤ ਹੋਰ ਹੋਣੀ ਸੀਗੀ। ਹੁਣ ਇਹਨਾਂ ਦੀ ਇੰਡੀਪੈਂਡੈਂਟ ਹੈਸੀਅਤ ਨਹੀਂ ਹੈ, ਇਹ ਸੁਖਬੀਰ ਸਿੰਘ ਬਾਦਲ ਦੇ ਨੋਮੀਨੀ ਹੈ। ਓਕੇ, ਵਰਕਿੰਗ ਪ੍ਰੈਜੀਡੈਂਟ ਨੋਮੀਨੀ ਹੈ, ਇਹ ਫਰਕ ਹੈ। ਵਰਕਿੰਗ ਪ੍ਰੈਜੀਡੈਂਟ ਤਾਂ ਪ੍ਰੈਜੀਡੈਂਟ ਨੇ ਅਪੁਆਇੰਟ ਕੀਤਾ ਹੋਇਆ, ਪਾਰਟੀ ਨੇ ਥੋੜ੍ਹੀ ਅਪੁਆਇੰਟ ਕੀਤਾ ਹੋਇਆ। ਸੋ ਰਧਾਵਾ ਜੀ, ਇਹ ਫਰਕ ਹੈਗਾ ਸਾਰੀ ਗੱਲ 'ਚ, ਫਰਕ ਬਰੀਕੀ ਵਾਲਾ ਹੈ ਲੇਕਿਨ ਫਰਕ ਹੈਗਾ। ਜੇ ਕੱਲ੍ਹ ਉਸ ਸੁਖਬੀਰ ਸਿੰਘ ਬਾਦਲ ਰਿਜ਼ਾਈਨ ਕਰ ਦਿੰਦੇ ਹੈ ਤੇ ਭੁੰਦੜ ਸਾਹਿਬ ਨੂੰ ਹੀ ਵਰਕਿੰਗ ਕਮੇਟੀ ਐਕਟਿੰਗ ਪ੍ਰੈਜੀਡੈਂਟ ਇਲੈਕਟ ਕਰ ਲੈਂਦੀ ਹੈ, ਫਿਰ ਇਹ ਪ੍ਰੋਸੈਸ ਅੱਗੇ ਤੁਰ ਸਕਦਾ, ਕਿਉਂਕਿ ਫਿਰ ਦੋਵੇਂ ਧੜੇ ਇਕੱਠੇ ਹੋਣ ਦੀ ਉਹਨਾਂ ਦੀ ਉਮੀਦ ਹੈ। ਇਸ ਵੇਲੇ ਜਿਹੜਾ ਰੌਲਾ ਹੈਗਾ ਬਾਦਲ ਪਰਿਵਾਰ ਦੀ ਲੀਡਰਸ਼ਿਪ ਨੂੰ ਲੈ ਕੇ, ਮੈਂ ਪਰਿਵਾਰ ਦੀ ਗੱਲ ਕਰ ਰਿਹਾ, ਲੀਡਰਸ਼ਿਪ ਨੂੰ ਲੈ ਕੇ ਹੈ ਕਿ ਇੰਨੇ ਸਾਲਾਂ ਤੋਂ ਲੀਡਰਸ਼ਿਪ ਇਸ ਪਰਿਵਾਰ ਦੇ ਕੋਲ ਹੈ ਤੇ ਉਹਦੇ ਕਰਕੇ ਇਹ ਹਾਲਤ ਹੋਈ ਹੈ। ਭਾਵੇਂ ਇਹ ਉਹ ਮੰਨਦੇ ਵੀ ਅਸੀਂ ਸਾਰੇ ਗੁਨਾਹਗਾਰ ਹੈਗੇ, ਹਿੱਸੇਦਾਰ ਉਸ ਸਾਰੀ ਗੱਲ ਦੇ ਆ ਕੇ। ਸੋ ਉਹ ਇਹ ਫਰਕ ਹੈ ਐਕਟਿੰਗ ਤੇ ਵਰਕਿੰਗ ਦਾ। ਜਾਂ ਇਹਨਾਂ ਨੂੰ ਐਕਟਿੰਗ ਬਣਾ ਦਿਓ, ਸੁਖਬੀਰ ਜੀ ਜੇ ਪਾਸੇ ਹੋ ਜਾਣ ਤਾਂ ਹੁਣ ਤੱਕ ਤਾਂ ਪਾਸੇ ਹੋਏ ਨਹੀਂ। ਚੰਗਾ ਚੰਗਾ ਹੋਇਆ ਤੁਸੀਂ ਡਿਫਰੈਂਸ਼ੀਏਟ ਕਰਤਾ, ਦੋਨਾਂ ਚੀਜ਼ਾਂ ਨੂੰ ਵਖਰਾ ਕੇ ਦੱਸਤਾ। ਬਹੁਤ ਸਾਰਾ ਮੀਡੀਆ ਤਾਂ ਇਹਨੂੰ ਇੱਕੋ ਗੱਲ ਸਮਝੀ ਜਾ ਰਿਹਾ, ਲਿਖ ਵੀ ਰਿਹਾ ਇਹਨੂੰ ਬਾਰ ਬਾਰ, ਇੱਕੋ ਇੱਕੋ ਚੀਜ਼ ਨਹੀਂ ਹੈ, ਇਹੀ ਫਰਕ ਹੈ। ਬਹੁਤ ਸਾਰੇ ਲੀਡਰ ਵੀ ਅਕਾਲੀ ਦਲ ਦੇ ਬਾਗੀ ਧੜੇ ਦੇ ਉਹ ਵੀ ਐਕਟਿੰਗ ਕਹੀ ਜਾਂਦੇ ਆ, ਹਾਲਾਂਕਿ ਵਰਕਿੰਗ ਤਾਂ ਕੰਮਕਾਜ ਹੀ ਹੁੰਦਾ, ਐਕਟਿੰਗ ਹੁੰਦਾ ਹੈ ਉਹਦੀ ਜਗ੍ਹਾ ਤੇ ਕੰਮ ਕਰ ਰਿਹਾ। ਮੈਂ ਜਿਹੜਾ ਇਹਦੇ ਚ ਸਵਾਲ ਤੁਹਾਡੇ ਕੋਲ ਇੱਕ ਲਾਸਟ ਐਡਰੈਸ ਕਰਾਉਣਾ ਚਾਹੁੰਦਾ ਇਸੇ ਸੰਦਰਭ ਵਿੱਚ, ਉਹ ਇਹ ਆ ਕਿ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਤਾਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਆਟੋਮੈਟਿਕਲੀ ਤਾਂ ਨਹੀਂ ਪਾਸੇ ਹੋ ਜਾਂਦੇ ਜੀ, ਉਹਨਾਂ ਦਾ ਉਹਦਾ ਖਤਮ ਨਹੀਂ ਹੋ ਜਾਂਦਾ। ਤਨਖਾਹ ਦਾ ਮਤਲਬ ਕੀ ਹੈ ਕਿ ਬੰਦਾ ਮੁਜਰਮ ਹੈ। ਹੁਣ ਇਹ ਕੋਰਟ ਤਾਂ ਨਹੀਂ ਹੈ ਜਾਂ ਇਲੈਕਸ਼ਨ ਕਮਿਸ਼ਨ ਦਾ ਕੋਈ ਰੋਲ ਨਹੀਂ ਹੈ ਵੀ ਬੰਦੇ ਨੂੰ ਇੰਨੇ ਸਾਲ ਦੀ ਸਜ਼ਾ ਮਿਲੀ ਇਸ ਕਰਕੇ ਜਿਹੜਾ MLA ਆ ਜਾਂ MP ਆ ਉਹ ਅਨਫਿਟ ਹੋ ਜਾਏਗਾ। ਇਹ ਇਖਲਾਕੀ ਅਥਾਰਿਟੀ ਹੈ, ਤੁਸੀਂ ਗਿਲਟੀ ਕਰਾਰ ਦਿੱਤੇ ਗਏ, ਤਨਖਾਹ ਦਾ ਮਤਲਬ ਗਿਲਟੀ ਕਰਾਰ ਦੇਣਾ ਹੈ। ਤਨਖਾਹੀਏ ਦਾ ਲਫ਼ਜ਼ ਬੜਾ ਸੰਗੀਨ ਹੈ, ਇਹਦਾ ਮਤਲਬ ਤੁਸੀਂ ਲਿਖਿਆ ਹੋਇਆ ਰਹਿਤ ਮਰਿਆਦਾ 'ਚ ਮੇਰੇ ਕੋਲ ਹੀ ਪਈ ਹੈ। ਸੋ ਭਾਈ ਕਾਨ ਸਿੰਘ ਨਾਭਾ ਚੱਕ ਲਓ ਤੁਸੀਂ, ਉਹਦੇ 'ਚ ਡੈਫੀਨੇਸ਼ਨ ਦਿੱਤੀ ਵੀ ਹੈ ਬਈ ਸੰਗੀਨ ਜਿਹੜਾ ਜੁਰਮ ਹੈ ਨਾ ਉਹ ਤਨਖਾਹ ਹੈ, ਤਨਖਾਹੀਏ ਕਰਾਰ ਦੇਣਾ। ਸੋ ਜਿਹੜਾ ਬੰਦਾ ਆ ਜਿਹਨੂੰ ਕਰਾਰ ਦੇ ਤਾ ਮੁਜਰਮ, ਉਹ ਪਾਰਟੀ ਦਾ ਪ੍ਰਧਾਨ ਕਿਵੇਂ ਰਹਿ ਸਕਦਾ? ਗੱਲ ਟੈਕਨੀਕਲਿਟੀ ਦੇ ਨਹੀਂ ਹੈ ਇਹ, ਕਿਉਂਕਿ ਇਖਲਾਕੀ ਮਾਮਲਾ ਹੈ ਸਾਰਾ। ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਕੀਤੀ ਹੈ, ਮੇਰੇ ਖਿਆਲ ਦੇ ਵਿੱਚ ਉਸ ਪੈਮਾਨੇ ਤੇ ਇਹਨਾਂ ਨੂੰ ਪ੍ਰਧਾਨ ਰਹਿਣਾ ਨਹੀਂ ਚਾਹੀਦਾ। ਬਾਕੀ ਇਹਨਾਂ ਦੀ ਪਾਰਟੀ ਫੈਸਲਾ ਕਰੇ, ਅਸੀਂ ਕੌਣ ਹੁੰਦੇ, ਅਸੀਂ ਤਾਂ ਗੱਲ ਹੀ ਕਰ ਸਕਦੇ। ਬਿਲਕੁਲ, ਕੱਲ ਡਾਕਟਰ ਦਲਜੀਤ ਜੀ ਮੈਂ ਕਹਿ ਰਹੇ ਸੀ ਕਿ ਪਾਰਟੀ ਦਾ ਅੰਦਰੂਨੀ ਮਾਮਲਾ, ਵਿਰੋਧੀਆਂ ਨੂੰ ਇਹਦੇ ਤੇ ਹੱਕ ਨਹੀਂ ਗਾ ਕਿ ਉਹ ਆਪਣੀ ਗੱਲ ਰੱਖਣ। ਇਹ ਉਹਨਾਂ ਦਾ ਫੈਸਲਾ ਹੈ ਕਿ ਉਹਨਾਂ ਨੇ ਇੱਕ ਜਿਹੜਾ ਬੰਦਾ ਕਰਾਰ ਦੇਤਾ ਅਕਾਲ ਤਖ਼ਤ ਨੇ ਤਨਖਾਹੀ ਆ, ਉਹਨੂੰ ਆਪਣਾ ਪ੍ਰਧਾਨ ਮੰਨਣਾ ਕਿ ਨਹੀਂ ਮੰਨਣਾ, ਇਹ ਉਹਨਾਂ ਦਾ ਫੈਸਲਾ ਹੈ, ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ। ਇਹ ਪਾਰਟੀ ਦਾ ਅੰਦਰੂਨੀ ਮਾਮਲਾ। ਖੈਰ ਸਲਾਮੀਰ ਸਿੰਘ ਜੀ, ਪਿੰਡਾਂ ਦੇ ਵਿੱਚੋਂ ਜੇ
ਖਾਸ ਤੌਰ ਤੇ ਗੁਰਦੁਆਰਾ ਕਮੇਟੀਆਂ ਚੋਂ ਇਹ ਆਵਾਜ਼ ਉੱਠਣੀ ਸ਼ੁਰੂ ਹੋ ਜੇ ਤਾਂ ਇਹ ਤਾਂ ਜੰਗਲ ਦੇ ਅੱਗ ਵਾਂਗ ਫੈਲਦੀ ਹੁੰਦੀ ਹੈ, ਟ੍ਰੈਂਡ ਹੀ ਹੁੰਦੇ ਨੇ। ਔਰ ਰੁਝਾਨ ਜੇ ਇਸ ਪਾਸੇ ਤੁਰ ਪੈਂਦਾ ਹੈ ਤਾਂ ਇਹਨੂੰ ਠੱਲਿਆ ਨਹੀਂ ਜਾ ਸਕਦਾ। ਮੈਂ ਜਿਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਕਿਹਾ ਕਿ ਝੂੰਦਾ ਕਮੇਟੀ ਦੀ ਜਦੋਂ ਇਹਨਾਂ ਨੇ ਸਮੀਖਿਆ ਸ਼ੁਰੂ ਕੀਤੀ ਸੀਗੀ ਲੋਕਾਂ ਕੋਲ ਜਾਣਾ ਵਰਕਰਾਂ ਕੋਲੋਂ, ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਜਾਂਦਿਆਂ ਜਾਂਦਿਆਂ ਉਹ ਟੋਨ ਤਿੱਖੀ ਹੋ ਗਈ ਸੀ ਵਰਕਰਾਂ ਦੀ, ਉਹ ਇੰਨੀ ਤਿੱਖੀ ਹੋ ਗਈ, ਅੱਜ ਵੀ ਉਹ ਰਿਕਾਰਡਿੰਗਾਂ ਮੌਜੂਦ ਹੈਗੀਆਂ ਨੇ। ਸੋ ਜੇ ਇਹ ਆਪਾਂ ਜਿਹੜਾ ਹੁਣ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਤੋਂ ਗੱਲ ਤੁਰੀ ਆ, ਵੱਡੀ ਗੱਲ ਨਹੀਂ ਕਿ ਮਾਝੇ ਤੋਂ ਹੁੰਦੀ ਹੋਈ ਮਾਲਵੇ ਦੇ ਹੋਰ ਹਿੱਸਿਆਂ ਤੱਕ, ਦੁਆਬੇ ਤੱਕ ਵੀ ਪਹੁੰਚੇ। ਨਹੀਂ ਉਹ ਹੈ ਹੀ ਆ, ਜਿਹੜਾ ਈਵਨ ਝੂੰਦਾ ਕਮੇਟੀ ਦੇ ਬੰਦੇ ਜਿਵੇਂ ਜਿਵੇਂ ਅੱਗੇ ਜਾ ਰਹੇ ਸੀ, ਬਾਅਦ ਦੇ ਵਿੱਚ ਜਿਹੜੇ ਉਹ ਹਲਕੇ ਛਡਾਏ ਗਏ ਨੇ ਵੀ ਉੱਥੇ ਅਸੀਂ ਆਪੇ ਕਰ ਲਾਂਗੇ, ਇਹ ਉਸੇ ਡਰ ਚੋਂ ਛਡਾਏ ਗਏ ਨੇ। ਉਹਦੇ ਚੋਂ ਬਠਿੰਡਾ ਵੀ ਬਾਹਰ ਹੋ ਗਿਆ ਸੀ, ਉਹਦੇ ਚੋਂ ਹੋਰ ਵੀ ਦੋ ਜ਼ਿਲ੍ਹੇ ਜਿਹੜੇ ਬਾਹਰ ਹੋ ਗਏ ਸੀ, ਮੋਗਾ, ਤਰਨ ਤਾਰਨ ਵਗੈਰਾ, ਪਰ ਉਹ ਉਹਨਾਂ ਨੂੰ ਆਪੇ ਕਹਿਤਾ ਵੀ ਉੱਥੇ ਅਸੀਂ ਆਪੇ ਕਰਾ ਕੇ ਦੇ ਦਾਂਗੇ, ਤਾਂ ਕਿ ਉਹ ਲੱਗਦਾ ਸੀਗਾ ਵੀ ਕਿਤੇ ਸਾਰਾ ਰਿਕਾਰਡ ਤੇ ਸਭ ਚੀਜ਼ਾਂ ਆਈ ਜਾ ਰਹੀਆਂ ਸੀ। ਹਰ ਏਰੀਏ ਦਾ ਵਰਕਰ ਬੋਲਦਾ ਸੀ, ਕੋਈ ਇਹ ਨਹੀਂ ਹੈ ਕਿ ਇੱਕ ਦਾ ਬੋਲਦਾ ਸੀ ਦੂਜੇ ਦਾ, ਕਿਉਂਕਿ ਅਕਾਲੀ ਦਲ ਨਾਲ ਤਾਂ ਸਹਿਮਤੀ ਹਰ ਇੱਕ ਦੀ ਹੈ, ਅਕਾਲੀ ਦਲ ਨਾਲ ਉਹਨਾਂ ਵਰਕਰਾਂ ਦੀ ਹੋਂਦ ਜੁੜੀ ਹੋਈ ਸੀਗੀ, ਰਿਸਪੈਕਟ ਜੁੜੀ ਹੈ, ਸਵੈਮਾਨ ਜੁੜਿਆ, ਸਾਰਾ ਕੁਝ ਜੁੜਿਆ ਹੁੰਦਾ। ਬੰਦਾ ਤਾਂ ਦਾਅ ਤੇ ਲਾਈ ਬੈਠਾ ਹੁੰਦਾ ਨਾ, ਚਲੋ ਲੀਡਰ ਦੇ ਤਾਂ ਹੋਰ ਵੀ ਇੰਟਰਸਟ ਕਈ ਵਾਰ ਹੋਣਗੇ, ਉਹ ਇੱਕ ਅਲੱਗ ਗੱਲ ਹੈ। ਪਰ ਇੱਕ ਗੱਲ ਇਹ ਵੀ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਪਹਿਲਾਂ 2015 'ਚ ਇਹ ਘਟਨਾਵਾਂ ਵਾਪਰੀਆਂ ਨੇ, ਉਦੋਂ ਵੀ ਇੱਕ ਦੌਰ ਇਹੋ ਜਿਹਾ ਚੱਲਿਆ ਸੀ, ਇਕੱਲੇ ਇਕੱਲੇ ਬੰਦੇ ਨੂੰ SGPC ਵਾਲੇ ਨੂੰ ਘੇਰ ਕੇ ਵੀ ਦੱਸ ਤੂੰ ਕਿਹਦੇ ਨਾਲ ਹੈ। ਕਈ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਨੇ ਅਸਤੀਫੇ ਵੀ ਦਿੱਤੇ ਇਕੱਠਾਂ ਦੇ ਵਿੱਚ, ਲੋਕ ਮਜਬੂਰ ਕਰਨ ਲੱਗ ਗਏ ਸੀ ਉਸ ਲੈਵਲ ਤੇ, ਉਹ ਕਿਉਂਕਿ ਬਹੁਤ ਜ਼ਿਆਦਾ ਜਜ਼ਬਾਤੀ ਭਾਵਨਾ ਸੀ, ਉਹ ਸਮਾਂ ਸੀ ਇੱਕ ਦੌਰ ਕੁਝ ਦਿਨ ਜਿਹੜੇ ਆਏ ਸੀਗੇ। ਉਹ ਫਿਰ ਅਲੱਗ ਗੱਲ ਹੈ ਕਿ ਜਿਹੜਾ ਚੱਬੇ ਦਾ ਸਰਬੱਤ ਖਾਲਸਾ ਸੀ, ਉਦੋਂ ਬਾਅਦ ਉਹ ਡੀਰੇਲ ਹੋ ਗਿਆ ਸੀ ਸਾਰਾ ਮੋਮੈਂਟਮ, ਜਿਹੜਾ ਇੱਕ ਵਾਰ ਉਭਾਰ ਆਇਆ ਸੀ ਲਗਾਤਾਰਤਾ ਦੇ ਵਿੱਚ ਜਾ ਕੇ, ਕਿਉਂਕਿ ਉੱਥੇ ਮਤੇ ਹੋਰ ਪੈ ਗਏ, ਬਾਕੀ ਗੱਲਾਂ ਹੋ ਗਈਆਂ। ਜਦ ਕੋਈ ਮੋਮੈਂਟਮ ਟੁੱਟਦਾ ਫਿਰ ਉਹ ਗੱਲਾਂ ਨੋਰਮਲਾਈਜ਼ ਹੋ ਜਾਂਦੀਆਂ ਨੇ, ਪਰ ਲੋਕਾਂ 'ਚ ਤਾਂ ਇੱਕ ਉਭਾਰ ਉਦੋਂ ਆਏ ਹੋਣ ਲੱਗ ਗਿਆ ਸੀ ਵੀ ਲੈ ਜੀ ਇਹ ਤਾਂ ਹੁਣ ਅਸਤੀਫੇ ਸਟਾਰਟ ਹੋ ਗਏ ਸਭ ਦੇ, ਇਕੱਲੇ ਇਕੱਲੇ ਕਰਕੇ ਇਕੱਲੇ ਇਕੱਲੇ ਕਰਕੇ। ਇਸ ਲਈ ਹੁਣ ਵੀ ਮਾਹੌਲ ਬੜਾ ਮਤਲਬ ਜਿਵੇਂ ਕਹਿੰਦੇ ਨਾ ਤਰਲ ਹੈ, ਲਿਕੁਇਡ ਟਾਈਪ ਦੀ ਹੈ, ਫਲਿਊਡ ਹੈ, ਐਂ ਤੁਰਿਆ ਫਿਰਦਾ, ਅਜੇ ਕੋਈ ਠੋਸ ਕੰਕਰੀਟ ਗੱਲ ਨਹੀਂ ਹੈ। ਹੁਣ ਇਹ ਨਹੀਂ ਪਤਾ ਕਿ ਇਹ ਜਿਹੜੇ ਮਤੇ ਨੇ ਪਿੰਡ ਇਕੱਠਾ ਕਰਦੇ ਨੇ ਪੂਰਾ ਗੁਰਦੁਆਰਾ ਸਾਹਿਬਾਨ ਦੇ ਵਿੱਚ, ਪਿੰਡ ਦੇ ਸਾਹਮਣੇ ਕੋਈ ਗੱਲ ਰੱਖੀ ਜਾਂਦੀ ਹੈ ਗੁਰੂ ਦੀ ਹਾਜ਼ਰੀ 'ਚ, ਜਾਂ ਕੋਈ ਕਮੇਟੀ ਆਪਣੇ ਆਪ ਦੇ ਵਿੱਚ ਇਕੱਠੀ ਹੋ ਕੇ ਇਕੱਲੀ ਗੱਲ ਕਰਦੀ ਹੈ, ਜਾਂ ਕੀ ਹੈ ਉਹਦਾ ਤੌਰ ਤਰੀਕਾ ਕੀ ਹੈ ਇਹ ਅਜੇ ਸ਼ਾਇਦ ਅੱਗੇ ਸੰਗਤਾਂ ਦਾ। ਪਰ ਇੱਕ ਗੱਲ ਤਾਂ ਜ਼ਰੂਰ ਹੈ ਕਿ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਪੰਥਕ ਸੰਪਰਦਾਵਾਂ, ਉਹ ਤਾਂ ਆਪੋ ਆਪਣੇ ਮਤੇ ਪਾ ਕੇ ਜਥੇਦਾਰ ਅਕਾਲ ਤਖ਼ਤ ਨੂੰ ਪਹਿਲਾਂ ਹੀ ਦੇਣ ਗਈਆਂ ਹੋਈਆਂ ਨੇ ਔਰ ਦੇ ਕੇ ਆ ਰਹੀਆਂ ਨੇ ਲਗਾਤਾਰ ਦੇ ਵਿੱਚ। ਸਿੱਖ ਜਥੇਬੰਦੀਆਂ ਨੇ ਤਾਂ ਇਦੋਂ ਪਹਿਲਾਂ ਹੀ ਆਪੋ ਆਪਣਾ ਕੰਜਾਂ ਨੇ ਇਕੱਠੇ ਕਰਕੇ ਜ਼ਿਆਦਾ ਨੇ, ਸਭ ਨੇ ਹੇਠਾਂ ਦਸਤਖਤ ਕਰਤੇ, ਕਈ ਇਕੱਲੇ ਇਕੱਲੇ ਤੌਰ ਤੇ ਕੰਟੀਨਿਊਟੀ 'ਚ ਜਥੇਦਾਰ ਸਾਹਿਬ ਕੋਲ, ਉਹ ਤਾਂ ਉਹਨਾਂ ਦਾ ਵਪਾਰ ਉਹਨਾਂ ਦੀ ਗੱਲ ਜਾ ਹੀ ਰਹੀ ਹੈ ਜੋ ਚਾਹੁੰਦੇ ਨੇ। ਇਹ ਸਾਰੀਆਂ ਗੱਲਾਂ ਲਵੋ ਲੁਭਾਵ ਇਹ ਹੈ ਕਿ ਉਹ ਇੱਕੋ ਡਾਇਰੈਕਸ਼ਨ 'ਚ ਨਜ਼ਰ ਆਉਂਦੀਆਂ ਨੇ ਫਿਲਹਾਲ। ਕੋਈ ਇਹੋ ਜਿਹੇ ਵੈਸੇ ਸਰਦਾਰ ਅਮੀਤ ਸਿੰਘ ਜੀ, ਮੈਂ ਤੁਹਾਨੂੰ ਯਾਦ ਕਰਾਵਾਂ, ਅਸੀਂ ਉਦੋਂ ਵੀ ਇਸ ਚੀਜ਼ ਨੂੰ ਮਾਨਿਊਟਲੀ ਵਾਚ ਕਰ ਰਹੇ ਸੀਗੇ ਜਦੋਂ ਖਡੂਰ ਸਾਹਿਬ 'ਚ ਪਹਿਲੋ ਪਹਿਲ ਐਲਾਨ ਕੀਤਾ ਸੀ ਇਹਨਾਂ ਨੇ ਇਲੈਕਸ਼ਨ ਲੜਨ ਦਾ ਅੰਮ੍ਰਿਤਪਾਲ ਨੇ, ਤੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਮਤੇ ਪੈਣੇ ਸ਼ੁਰੂ ਹੋ ਗਏ ਸੀ, ਪਿੰਡ ਦੇ ਲੋਕ ਗੁਰੂ ਘਰ 'ਚ ਇਕੱਠੇ ਹੁੰਦੇ ਸੀ, ਔਰ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਵੀ ਕਿੰਨੇ ਮਿਕਦਾਰ 'ਚ ਹੈ ਜੀ, ਪਤਾ ਨੀ ਇਹਦੀ ਆਊਟਪੁੱਟ ਕੀ ਹੋਊਗੀ ਜੀ, ਕੁਛ ਚੰਦ ਇੱਕ ਲੋਕ ਆ। ਸੋ ਕੌਣ ਕਰਾ ਰਿਹਾ ਹੈ, ਹਾਂ ਇਹਦੇ 'ਚ ਕਈ ਵਾਰ ਇਹ ਪਤਾ ਨੀ ਲੱਗਦਾ ਵੀ ਕੌਣ ਕਰਾਇਆ, ਮੋਟੀਵੇਟਡ ਹੈ ਜਾਂ ਆਪਣੇ ਆਪ ਸੁਭਾਵਿਕ ਹੋ ਰਿਹਾ, ਇਹ ਚੀਜ਼ਾਂ ਹੁੰਦੀਆਂ ਨੇ। ਪਰ ਕਈ ਗੱਲਾਂ ਮੋਟੀਵੇਟਡ ਵੀ ਹੋਣ ਪੈਂਦੀਆਂ ਫਿਰ ਉਹ ਸੁਭਾਵਿਕ ਬਣ ਜਾਂਦੀਆਂ ਨੇ, ਜੇ ਉਹ ਟ੍ਰੈਂਡ ਦਾ ਰੂਪ ਲੈ ਜਾਣ ਫਿਰ ਕਈ ਵਾਰ ਉਹ ਉਸ ਲੈਵਲ ਤੇ ਚਲੀਆਂ ਜਾਂਦੀਆਂ ਨੇ ਜਿਹੜੇ ਲੈਵਲ ਤੇ ਕਿਤੇ ਇਹ ਹੁੰਦਾ ਕਿ ਅਨਕੰਟਰੋਲਡ ਹੋ ਜਾਂਦਾ, ਜਦੋਂ ਉਹਦਾ ਦਾਇਰਾ ਬਹੁਤ ਵੱਧ ਜਾਂਦਾ ਫਿਰ ਉਹ ਸ਼ਾਇਦ ਬਸ 'ਚ ਨਹੀਂ ਰਹਿੰਦਾ
ਕਿਸੇ ਲੀਡਰ ਦੇ, ਕਿਸੇ ਜਥੇਬੰਦੀ ਦੇ, ਕਿਸੇ ਵੀ ਕਿਸੇ ਮਾਮਲੇ ਦੇ ਵਿੱਚ, ਉਹ ਗੱਲ ਤਾਂ ਚੱਲ ਹੀ ਰਹੀ ਹੈ ਇਸ ਪੱਧਰ ਦੇ ਉੱਤੇ ਜਾ ਕੇ ਤਾਂ। ਹੁਣ ਉਹਦਾ ਮਲਟੀਪਲਾਈ ਇੰਪੈਕਟ ਹੁੰਦਾ ਨਹੀਂ ਹੁੰਦਾ ਅਜੇ ਨਹੀਂ ਪਤਾ, ਜਾਂ ਇਹ ਆਈਸੋਲੇਸ਼ਨ ਨੇ ਹਜੇ ਆਈਸੋਲੇਸ਼ਨ ਦੇ ਕੁਝ ਪਿੰਡ, ਕੁਝ ਇਹੋ ਜਿਹਾ ਚੀਜ਼ਾਂ, ਜਾਂ ਕੋਈ ਇਹ ਕੰਟੀਨਿਊਟੀ ਬਣੇਗੀ। ਦੂਜੀ ਗੱਲ ਇਹ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿੰਦਾ ਸਾਡਾ ਅੰਦਰੂਨੀ ਮਾਮਲਾ, ਜੇ ਤੁਹਾਡਾ ਅੰਦਰੂਨੀ ਮਾਮਲਾ ਫਿਰ ਤਾਂ ਪ੍ਰਧਾਨ ਜੀ ਦਾ ਵੀ ਅੰਦਰੂਨੀ ਮਾਮਲਾ ਸੀ, ਸਾਰਿਆਂ ਦੇ ਅੰਦਰੂਨੀ ਮਾਮਲੇ, ਅੰਦਰੂਨੀ ਮਾਮਲਾ ਨਹੀਂ ਹੈ। ਜਾਂ ਤੁਸੀਂ ਕਲੇਮ ਕਰਦੇ ਹੋ ਕਿ ਸਾਡੀ ਆਰਗੇਨਾਈਜੇਸ਼ਨ ਪੰਥ ਦੀ ਵਾਹਦ ਜਮਾਤ ਹੈ, ਪੰਜਾਬ ਦੀ ਰਿਪ੍ਰਜੈਂਟ ਕਰਦੀ ਹੈ, ਪੰਥ ਨੂੰ ਕਰਦੇ, ਫਿਰ ਅੰਦਰੂਨੀ ਨਹੀਂ ਹੁੰਦਾ, ਫਿਰ ਮਾਮਲਾ ਜਿਹੜਾ ਪੰਥਕ ਡੋਮੇਨ ਦੇ ਵਿੱਚ ਹੁੰਦਾ ਉਹ ਤੁਹਾਡੀ ਪਾਰਟੀ ਦਾ ਨਹੀਂ ਰਹਿੰਦਾ, ਉਹ ਜਨਤਕ ਡੋਮੇਨ ਦੇ ਵਿੱਚ ਆਉਂਦਾ। ਜੇ ਸਿੰਘ ਸਾਹਿਬ ਤੁਹਾਡੇ ਸਾਰੇ ਮਿਨਿਸਟਰਾਂ ਨੂੰ ਕਹਿ ਰਹੇ ਨੇ ਆ ਕੇ ਸਪਸ਼ਟੀਕਰਨ ਦਿਓ, ਅੰਦਰੂਨੀ ਮਾਮਲਾ ਕਿਵੇਂ ਹੋ ਗਿਆ? ਉਹ ਤਾਂ ਜੰਗਜਾਰ ਮਾਮਲਾ ਹੋ ਗਿਆ ਨਾ, ਉਹ ਤਾਂ ਫਿਰ ਸਾਰਿਆਂ ਦੇ ਸਾਹਮਣੇ ਹੀ ਆਊਗੀ ਜੋ ਵੀ ਗੱਲ ਹੈ, ਉਹਨਾਂ ਨੇ ਫੈਸਲਾ ਵੀ ਜਨਤਕ ਕਰਨਾ ਹੈ, ਤੇ ਬਾਕੀ ਚੀਜ਼ਾਂ ਨੇ ਅੰਦਰੂਨੀ ਤਾਂ ਹੈ ਨਹੀਂ। ਹਾਂ, ਅੰਦਰੂਨੀ ਮਾਮਲਾ ਤੁਹਾਡਾ ਇਹ ਹੁੰਦਾ ਵੀ ਤੁਹਾਡਾ ਅਜਲਾਸ ਹੈ, ਤੁਸੀਂ ਇਹਨੂੰ ਪ੍ਰਧਾਨ ਚੁਣਨਾ, ਇਹਨੂੰ ਨਹੀਂ ਚੁਣਨਾ, ਇਹਨੂੰ ਡੈਲੀਗੇਟ ਬਣਾਉਣਾ, ਇਹਨੂੰ ਡੈਲੀਗੇਟ ਨਹੀਂ ਬਣਾਉਣਾ, ਉਹ ਇੱਕ ਅਲੱਗ ਟਾਈਪ ਦੇ ਜਥੇਬੰਦਕ ਮਾਮਲੇ ਅੰਦਰੂਨੀ ਹੁੰਦੇ ਨੇ। ਪਰ ਹੁਣ ਵੀ ਜਿਹੜੀ ਉਹਨਾਂ ਦੀ ਵਰਕਿੰਗ ਕਮੇਟੀ, ਇਹ ਕੇਵਲ ਸੁਖਬੀਰ ਸਿੰਘ ਬਾਦਲ ਦਾ ਕੁਐਸਚਨ ਨਹੀਂ, ਜਿਹੜੀ ਆਥੋਰਾਈਜ਼ਡ ਕਮੇਟੀ ਹੈ ਉਹਨਾਂ ਦੀ ਵਰਕਿੰਗ ਕਮੇਟੀ ਹੈ। ਪ੍ਰਧਾਨ ਦਾ ਅਸਤੀਫਾ ਲੈਣਾ ਤੇ ਉਸੇ 'ਚ ਨਵਾਂ ਪ੍ਰਧਾਨ ਚੁਣ ਲੈਣਾ, ਇਹ ਸਾਰਾ ਉਹਦੇ ਕੋਲ ਆਥੋਰਾਈਜੇਸ਼ਨ। ਤੇ ਜਿਹੜਾ ਕੀ ਜਿਹੜਾ ਡਾਇਰੈਕਸ਼ਨ ਜਥੇਦਾਰ ਸਾਹਿਬ ਨੂੰ ਲੱਗਦੀ ਹੈ, ਤਨਖਾਹੀਆਂ ਜੇ ਪ੍ਰਧਾਨ ਕਰਾਰ ਦਿੱਤੇ ਜਾਂਦੇ ਨੇ, ਇਦੋਂ ਬਾਅਦ ਕੀ ਭੁੰਦੜ ਸਾਹਿਬ ਚਾਹੇ ਵਰਕਿੰਗ ਪ੍ਰਧਾਨ ਵੀ ਨੇ, ਉਹਨਾਂ ਕੋਲ ਇਹ ਰਾਈਟ ਤਾਂ ਆਇਆ ਹੋਇਆ ਨਾ ਕਿ ਉਹ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲੈਣ, ਉਹਦੇ ਚ ਮੀਟਿੰਗ ਸੱਦ ਕੇ ਏਜੰਡਾ ਲਾ ਕੇ ਚਾਹੇ ਕਹਿ ਦੇਣ ਵੀ ਨਹੀਂ ਜੀ ਉਹੀ ਰਹਿਣਗੇ, ਕੋਈ ਗੱਲ ਨੀ, ਵਰਕਿੰਗ ਕਮੇਟੀ ਕਲੇਮ ਕਰੇ ਤੇ ਲਵੇ ਆਪਣੇ ਤੇ ਜ਼ਿੰਮੇਵਾਰੀ ਕਿ ਜੋ ਹੈ ਸਾਡਾ ਸਿਸਟਮ ਠੀਕ ਹੈ ਜੀ, ਇਹਦੇ ਚ ਕੋਈ ਨੀ ਅਸੀਂ ਉਹ ਗੱਲ ਕਰਨਾ। ਫਿਰ ਕੋਈ ਅਥਾਰਟੀ ਜ਼ਿੰਮੇਵਾਰੀ ਤਾਂ ਲੈ ਰਹੀ ਹੋਊਗੀ ਨਾ, ਹੁਣ ਕਿਹੜੀ ਅਥਾਰਟੀ ਜ਼ਿੰਮੇਵਾਰੀ ਲੈ ਰਹੀ ਹੈ? ਤੁਸੀਂ ਕਮੇਟੀ ਦੀ ਮੀਟਿੰਗ, ਹਜੇ ਤਾਂ ਇੰਡੀਵਿਜੁਅਲ ਬੰਦੇ ਕਹਿ ਰਹੇ ਨੇ ਕਿ ਜੀ ਸਾਡਾ ਅੰਦਰੂਨੀ ਮਾਮਲਾ, ਸਾਡਾ ਅੰਦਰੂਨੀ ਨੀ। ਇੰਡੀਵਿਜੁਅਲ ਕੋਲ ਇਹ ਰਾਈਟ ਨਹੀਂ ਹੈ, ਐਡੇ ਵੱਡੇ ਆਰਡਰ ਤੋਂ ਬਾਅਦ, ਐਡੇ ਵੱਡੇ ਆਦੇਸ਼ ਤੋਂ ਬਾਅਦ ਆਪਣੇ ਅਕਾਲ ਤਖ਼ਤ ਦੇ ਤੋਂ, ਉਦੋਂ ਬਾਅਦ ਕੀ ਇਹ ਅਕਾਲੀ ਦਲ ਲਈ ਐਮਰਜੈਂਸੀ ਹਾਲਤ ਨਹੀਂ ਹੈ? ਉਹਨਾਂ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ? ਉਹਦੇ 'ਚ ਫੈਸਲੇ ਸੋਚਣੇ ਨਹੀਂ ਚਾਹੀਦੇ ਵੀ ਹੁਣ ਕੀ ਬਣੂਗਾ ਅਕਾਲੀ ਦਲ ਦੇ ਭਵਿੱਖ ਦਾ, ਆਪਾਂ ਕਰਨਾ ਕਿਵੇਂ ਹੈ? ਜੇ ਮਾਮਲਾ ਲੰਮਾ ਚੱਲ ਗਿਆ ਤਾਂ ਕਿਵੇਂ ਕਰਨਾ, ਜੇ ਤਾਂ ਛੋਟੇ 'ਚ ਨਿਬੜ ਗਿਆ ਤਾਂ ਅਲੱਗ ਗੱਲ ਹੈ। ਔਰ ਮੈਨੂੰ ਲੱਗਦਾ ਇਹ ਅੰਦਰੂਨੀ ਮਾਮਲੇ ਨਹੀਂ ਹੈ, ਇਹ ਹੁਣ ਪੰਥਕ ਫਿਜ਼ਾ ਦੇ ਵਿੱਚ ਇਹ ਜਨਤਕ ਮਾਮਲੇ ਨੇ, ਇਹਨੂੰ ਤੁਸੀਂ ਅੰਦਰੂਨੀ ਨਹੀਂ ਕਹਿ ਸਕਦੇ ਜੀ। ਇੱਕ ਸਵਾਲ ਜਿਹੜਾ ਮੈਂ ਪਹਿਲਾਂ ਭੁੰਦੜ ਸਾਹਿਬ ਵਾਲਾ ਕੀਤਾ ਸੀਗਾ, ਭੁੰਦੜ ਸਾਹਿਬ ਅਹੁਦਾ ਮਿਲਣ ਤੋਂ ਬਾਅਦ ਥੋੜੇ ਕੌਨਫੀਡੈਂਟ ਲੱਗ ਰਹੇ ਨੇ ਔਰ ਉਹ ਬਿਹੇਵ ਕਰ ਰਹੇ ਨੇ ਇੱਕ ਪ੍ਰਧਾਨ ਵਾਂਗ, ਮੈਂ ਦੇਖਿਆ। ਭਾਵੇਂ ਸਰਦਾਰ ਜਗਤਾਰ ਸਿੰਘ ਹੋਰਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਆਪਣੇ ਉੱਤੇ ਆ ਕਿ ਉਹ ਕਿੰਨੀ ਦੇਰ ਤੱਕ ਇਸ ਅਹੁਦੇ ਨੂੰ ਰੱਖਣਾ ਚਾਹੁੰਗੇ ਨਾ। ਮੈਂ ਤਾਂ ਇਹੀ ਗੱਲ ਕੀ ਹੈ ਪਿਛਲੇ ਵਾਰ ਆ ਹੁਣ ਜਦੋਂ ਕਹੀ ਹੈ, ਮੈਂ ਇਹੀ ਕਹਿਣਾ ਚਾਹੁੰਦਾ ਸੀ ਜੇ ਵਰਕਿੰਗ ਪ੍ਰਧਾਨ ਵੀ ਨੇ, ਨੋਮੀਨੇਟਡ ਪ੍ਰਧਾਨ ਵੀ ਨੇ, ਸੁਖਬੀਰ ਸਿੰਘ ਬਾਦਲ ਇਸ ਸਮੇਂ ਤਨਖਾਹੀਆਂ ਨੇ, ਭੁੰਦਰ ਸਾਹਿਬ ਟੋਟਲ ਆਥੋਰਾਈਜ਼ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦਣ ਲਈ, ਸੁਖਬੀਰ ਸਿੰਘ ਬਾਦਲ ਨਹੀਂ ਬੁਲਾ ਸਕਦਾ। ਔਰ ਅਜੇ ਉਹ ਸੁਖਬੀਰ ਸਿੰਘ ਬਾਦਲ ਨੇ ਨੋਮੀਨੇਟ ਵਰਕਿੰਗ ਕਮੇਟੀ 'ਚ ਪੁੱਛਣ ਵੀ ਮੈਂ ਤੁਹਾਡਾ ਹੈਗਾ ਕਿ ਨਹੀਂ ਹੈਗਾ, ਤੇ ਆਪਾਂ ਨੂੰ ਹੁਣ ਕਰਨਾ ਕੀ ਚਾਹੀਦਾ ਫਿਊਚਰ 'ਚ? ਵਰਕਿੰਗ ਕਮੇਟੀ ਸੋਚ ਕੇ ਫੈਸਲਾ ਲਊਗੀ, ਤਾਂ ਇਕੱਲੇ ਭੁੰਦੜ ਸਾਹਿਬ ਨਹੀਂ ਲੈਣਗੇ, ਟੋਟਲ ਵਰਕਿੰਗ ਕਮੇਟੀ ਦਾ ਫੈਸਲਾ ਹੋ ਜਾਏ। ਜੇ ਉਹਨਾਂ ਦੀ ਅਗਵਾਈ 'ਚ ਜੋ ਵੀ ਫੈਸਲਾ ਹੁੰਦਾ ਤਾਂ ਆਟੋਮੈਟਿਕਲੀ ਉਹ ਸ਼ੇਪ ਬਦਲ ਜਾਏਗੀ ਪ੍ਰਧਾਨ ਦੀ ਉਸੇ ਮੀਟਿੰਗ ਦੇ ਬਾਅਦ, ਜਿਹੜੀ ਹੁਣ ਸ਼ੇਪ ਹੋਰ ਹੈ, ਤੇ ਉਦੋਂ ਸ਼ੇਪ ਨੂੰ ਨਵਾਂ ਰੂਪ ਆ ਸਕਦਾ ਹੈ ਜੇਕਰ ਵਰਕਿੰਗ ਕਮੇਟੀ ਆਪਣਾ ਕੋਈ ਫੈਸਲਾ ਕਰਦੀ ਹੈ। ਐਸੇ ਨੂੰ ਰੱਖਦੀ ਹੈ ਤਾਂ ਵੀ ਹੋਰ ਟਾਈਪ ਦਾ ਫੈਸਲਾ ਜਾਊ, ਤਾਂ ਵਰਕਿੰਗ ਕਮੇਟੀ ਬਾਰੇ ਨਜ਼ਰੀਆ ਲੋਕਾਂ ਦਾ ਕੀ ਹੈ, ਜਿਹੜਾ ਪੰਥ ਸੋਚਦਾ ਉਹ ਸਾਰਿਆਂ ਨੂੰ ਸੋਚੇਗਾ ਕਿ ਵਰਕਿੰਗ ਕਮੇਟੀ ਕਿਵੇਂ ਡਿਸੀਜਨ ਲੈਂਦੀ ਹੈ ਇਸ ਤੋਂ ਬਾਅਦ। ਇਸ ਕਰਕੇ ਮੈਨੂੰ ਲੱਗਦਾ ਇੰਡੀਵਿਜੁਅਲ ਦੀ ਬਜਾਏ ਕਿ ਉਹ ਕੀ ਕਰਨ ਕੀ ਨਾ ਕਰਨ,
ਪਾਰਟੀ ਕੀ ਕਰੇ, ਇਹ ਪਾਰਟੀ ਦੇ ਫੈਸਲੇ ਨੇ ਤੇ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਉਹਨਾਂ ਦੀ ਨੇ ਵੀ ਆਪਾਂ ਨੂੰ ਜਾਣਾ ਚਾਹੀਦਾ ਜਾਵਾਂਗੇ। ਇੰਡੀਵਿਜੁਅਲ ਵੀ ਫੈਸਲਾ ਕਿ ਅਸੀਂ ਸਰਦਾਬਾਦ ਸਿੱਖ ਦੇ ਤੌਰ ਤੇ ਜਾਂਦੇ ਹਾਂ ਤੇ ਹੁਣ ਸਰਦਾਬਾਦ ਵਰਕਿੰਗ ਕਮੇਟੀ ਵੀ ਤਾਂ ਸਰਦਾਬਾਦ ਹੀ ਹੋਣੀ ਹੈ ਨਾ, ਅਕਾਲ ਤਖ਼ਤ ਦੇ ਮਾਮਲੇ 'ਚ ਤਾਂ ਕੋਈ ਇਹ ਤਾਂ ਹੈ ਨਹੀਂ ਕਿ ਸਰਦਾਬਾਦ ਨਹੀਂ ਹੈ, ਤਾਂ ਸਰਦਾਬਾਦ ਸਿੱਖ ਹੁੰਦੇ ਹੋਏ ਤੇ ਉਹਨਾਂ ਨੇ ਕੀ ਡਿਸੀਜਨ ਲੈਣਾ ਹੈ, ਇਹ ਤਾਂ ਪੰਜਾਬ ਦੇ ਲੋਕ ਉਡੀਕ ਕਰ ਸਕਦੇ ਨੇ। ਪਰ ਉਸ ਕਮੇਟੀ ਦੀ ਬਿਨਾਂ ਕਮੇਟੀ ਦੀਆਂ ਮੀਟਿੰਗਾਂ ਤੋਂ ਤਾਂ ਅਕਾਲੀ ਦਲ ਦਾ ਕੋਈ ਚੱਲਣਾ ਵੀ ਨਹੀਂ ਅੱਗੇ ਬਹੁਤਾ ਕੁਛ। ਤੁਹਾਡੀ ਇਸ ਗੱਲ ਤੋਂ ਬਾਅਦ ਜੇ ਕਿਤੇ ਚੰਗੇ ਲਈ ਵੀ ਭੁੰਦੜ ਸਾਹਿਬ ਨੇ ਵਰਕਿੰਗ ਕਮੇਟੀ ਸੱਦ ਲਈ ਤਾਂ ਅਗਲਿਆਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਣੀ ਹੈ। ਨਹੀਂ, ਮੈਂ ਮੈਂ ਛੋਟਾ ਜਿਹਾ ਕਮੈਂਟ ਕਰ ਦਿਆਂ, ਹੁਣ ਹਮੀਰ ਹੋਣਾ ਦੀ ਗੱਲ ਮੈਂ ਅੱਗੇ ਤੋਰ ਦਿਆਂ, ਸਿਰੇ ਲਾ ਦਿਆਂ। ਜ਼ਰੂਰ, ਜਿਹੜਾ ਪ੍ਰਧਾਨ ਆਪਣੀ ਪਾਰਟੀ ਦੀ ਵਰਕਿੰਗ ਕਮੇਟੀ ਹੀ ਦੀ ਮੀਟਿੰਗ ਹੀ ਨਹੀਂ ਬੁਲਾਈ ਬੁਲਾ ਸਕਦਾ, ਉਹ ਪ੍ਰਧਾਨ ਕਿਵੇਂ ਰਹਿ ਸਕਦਾ? ਜਿਹੜਾ ਗੱਲ ਤੁਸੀਂ ਸ਼ੁਰੂ 'ਚ ਕੀਤੀ ਸੀ ਗੱਲ ਕਿ ਤਨਖਾਹੀਆਂ, ਪ੍ਰਧਾਨ ਕਿਵੇਂ ਰਹਿ ਸਕਦਾ? ਮੈਂ ਹਮੀਰ ਹੋਣਾ ਨੂੰ ਟੱਚ ਕੀਤੀ ਸੀ, ਮੈਂ ਕਿਹਾ ਹੁਣ ਮੈਂ ਸਿਰੇ ਲਾ ਦਿਆਂ ਸਾਰੇ ਗੱਲ ਨੂੰ। ਜੀ ਜੀ ਜੀ, ਤਨਖਾਹੀਆਂ ਪ੍ਰਧਾਨ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਬੁਲਾ ਸਕਦਾ। ਬਿਲਕੁਲ, ਜੇ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਬੁਲਾ ਸਕਦਾ ਤਾਂ ਉਹਦਾ ਕੀ ਰਾਈਟ ਹੈ ਐਗਜ਼ਿਸਟ ਕਰਨ ਦਾ, ਉਹ ਪ੍ਰਧਾਨ ਰਹਿਣ ਦਾ? ਤੁਹਾਡੀ ਗੱਲ ਦਾ ਜਵਾਬ ਆ ਗਿਆ ਇਸ ਗੱਲ ਦੇ ਵਿੱਚ, ਉਹ ਤਾਂ ਆਪਣੇ ਆਪ ਹੀ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ। ਜਿਸ ਪ੍ਰਧਾਨ ਕੋਲ ਅਥੋਰਾਈਜੇਸ਼ਨ ਹੀ ਨਹੀਂ ਹੈ ਮੀਟਿੰਗ ਬੁਲਾਉਣ ਦੀ, ਉਹ ਤਾਂ ਕਿਸੇ ਨਾਲ ਇੰਟਰੈਕਟ ਹੀ ਨਹੀਂ ਕਰ ਸਕਦਾ। ਤਨਖਾਹੀ ਆ ਕਿਸੇ ਨਾਲ, ਨਾ ਕੋਈ ਦੂਜਾ ਸਿੱਖ ਉਹਦਾ ਇੰਟਰੈਕਟ ਕਰ ਸਕਦਾ, ਇਸ ਕਰਕੇ ਮੀਟਿੰਗ ਨਹੀਂ ਬੁਲਾ ਸਕਦਾ। ਇਖਲਾਕੀ ਗੱਲ ਕਰ ਰਿਹਾ ਮੈਂ, ਪਾਰਟੀ ਦੇ ਸੰਵਿਧਾਨ ਦੀ ਗੱਲ ਨਹੀਂ ਕਰ ਰਿਹਾ ਮੈਂ। ਜੇ ਤੁਸੀਂ ਕਹੋ ਵੀ ਇਲੈਕਸ਼ਨ ਕਮਿਸ਼ਨ ਇਸ ਤਰ੍ਹਾਂ ਕਹਿੰਦਾ, ਮੈਂ ਉਹ ਠੀਕ ਹੈ, ਇਲੈਕਸ਼ਨ ਕਮਿਸ਼ਨ ਦੇ ਦਾਇਰੇ ਦੇ ਵਿੱਚ ਉਹ ਬੁਲਾ ਸਕਦੇ ਹੈ। ਇਖਲਾਕ ਦੇ, ਅਕਾਲ ਤਖ਼ਤ ਦੇ ਤੋਂ ਤਨਖਾਹੀਆਂ ਡਿਕਲੇਅਰ ਹੋਣ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਆਪਣੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਬੁਲਾ ਸਕਦਾ, ਇਹ ਅਕਾਲੀ ਦਲ ਹੈ, ਕੋਈ ਨਾਰਮਲ ਸਿਆਸੀ ਪਾਰਟੀ ਨਹੀਂ ਹੈ। ਸਰ, ਜੇ ਪ੍ਰਧਾਨ ਦੀ ਪਾਵਰ ਹੀ ਖਤਮ ਹੋ ਗਈ ਇੰਟਰੈਕਟ ਕਰਦੀ ਆਪਣੀ ਪਾਰਟੀ ਨਾਲ, ਤੇ ਉਹ ਪ੍ਰਧਾਨ ਕਿਵੇਂ ਕੰਟੀਨਿਊ ਕਰ ਰਿਹਾ? ਬਿਲਕੁਲ, ਉਹ ਸਾਡੇ ਨਾ ਪਿੰਡਾਂ 'ਚ ਬਜ਼ੁਰਗਾਂ ਦੀ ਪੁਰਾਣੀ ਕਹਾਵਤ ਹੁਣ ਤਾਂ ਭੁੱਲ ਭੁਲਾ ਗਈਆਂ ਨੇ ਕਿ ਘੜੀ ਦਾ ਕੁੱਥਿਆ 100 ਕੋਹ ਤੇ ਜਾ ਪੈਂਦਾ ਹੈ। ਜਿੱਦਣ 2022 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਬਾਦਲ ਪਿੰਡ ਤੋਂ ਚੱਲ ਕੇ ਸੁਖਬੀਰ ਸਿੰਘ ਬਾਦਲ ਪਾਰਟੀ ਦਫ਼ਤਰ ਵੱਲ ਵਧੇ ਸੀ ਵੀ ਅੱਜ ਰਿਜ਼ਾਈਨ ਕਰ ਦੇਣਾ ਹੈ, ਰਾਹ ਦੇ ਵਿੱਚ ਉਹਨਾਂ ਦੇ ਸਾਥੀਆਂ ਨੇ ਉਹ ਦਫ਼ਤਰ ਜਾਣ ਦੀ ਬਜਾਏ ਇੱਕ ਆਪਣੇ ਨੇੜਲੇ ਸਾਥੀ ਦੇ ਘਰ ਚਲੇ ਗਏ, ਉੱਥੇ ਫੈਸਲਾ ਹੋਇਆ ਛੱਡੋ ਪ੍ਰਧਾਨ ਜੀ, ਪ੍ਰਧਾਨ ਸਾਹਿਬ ਜੇ ਅੱਜ ਅਹੁਦੇ ਤੇ ਨਾ ਹੁੰਦੇ ਉਦੋਂ 6 ਮਹੀਨੇ ਲਈ ਪਾਸੇ ਹੋ ਜਾਂਦੇ, ਸ਼ਾਇਦ ਸਥਿਤੀ ਕੁਝ ਸਖਾਵੀ ਹੁੰਦੀ। ਦਿਨ ਬਦਿਨ ਸਥਿਤੀ ਖਰਾਬ ਹੋ ਰਹੀ ਹੈ ਔਰ ਲੋਕ ਮਨਾਂ ਦੇ ਵਿੱਚ ਹਮਦਰਦੀ ਦੀ ਬਜਾਏ ਅਜੇ ਵੀ ਗੱਲ ਹੋ ਰਹੀ ਹੈ ਕਿ ਇਹਨਾਂ ਨੂੰ ਇਹਨਾਂ ਦੇ ਅਹੁਦਿਆਂ ਨਾਲੋਂ ਵੱਖ ਕੀਤਾ ਜਾਵੇ, ਇਹਨਾਂ ਦੀ ਸਿਆਸਤ ਨੂੰ ਬੈਨ ਕੀਤਾ ਜਾਵੇ, ਇਹ ਮੰਗ ਆ ਰਹੀ, ਇਹ ਮਤਿਆਂ 'ਚ ਵੀ ਇਹੀ ਆ ਔਰ ਬਹੁਤ ਸਾਰੇ ਹੋਰ ਵੀ ਸਭਾ ਸੁਸਾਇਟੀਆਂ ਸਿੰਘ ਸਾਹਿਬ ਦੇ ਉੱਤੇ ਇਹੀ ਪ੍ਰੈਸ਼ਰ ਪਾ ਰਹੀਆਂ ਕਿ ਜਿਨ੍ਹਾਂ ਨੇ ਅਹੁਦੇ ਤੇ ਰਹਿੰਦੇ ਆ ਕੁਝ ਚੀਜ਼ਾਂ ਕੀਤੀਆਂ ਉਹਨਾਂ ਨੂੰ ਪਾਸੇ ਕੀਤਾ ਜਾਵੇ। ਜੀ ਸਰ, ਤਨਖਾਹ ਆਪਣੇ ਆਪ ਦੇ ਵਿੱਚ, ਮੈਂ ਲਫ਼ਜ਼ ਸਜ਼ਾ ਨਹੀਂ ਵਰਤਣਾ ਹੁੰਦਾ, ਚਲੋ ਤਨਖਾਹ ਮਤਲਬ ਸਜ਼ਾ ਕਹਿ ਲਓ ਹੋਰ ਢੰਗ ਦੇ ਨਾਲ, ਪਰ ਸਜ਼ਾ ਤਾਂ ਆਲਰੇਡੀ ਮਿਲ ਗਈ, ਉਹਨੂੰ ਕੁਆਂਟੀਫਾਈ ਕਰਨਾ ਵੀ ਕਿੰਨੀ ਦੇਣੀ ਅੱਗੇ। ਜਦੋਂ ਬੰਦਾ ਗਲਤੀ ਕਰਾਰ ਦੇਤਾ ਉਹ ਸਜ਼ਾ ਤਾਂ ਹੋਊਗੀ, ਉਹਨੂੰ ਸਿਰਫ ਕੁਆਂਟੀਫਾਈ ਕਰਨਾ ਅੱਗੇ, ਇੰਨਾ ਕੀ ਹੈ, ਉਹ ਪ੍ਰਧਾਨ ਦਾਗੀ ਹੈ ਇਸ ਵੇਲੇ। ਜੀ, ਮੈਂ ਹੁਣ ਆਖਰ ਦੇ ਵਿੱਚ ਪੰਥਕ ਪੋਲਿਟਿਕਸ ਵਿੱਚ ਜਿਹੜੇ ਉਤਰਾਅ ਚੜਾਅ ਹੈ ਉਹਦੇ ਤੇ ਜਾਣਾ ਚਾਹੂੰਗਾ। ਜਿਹੜੇ ਸੁਖਰਾਜ ਸਿੰਘ ਨਿਆਮੀਆਂ ਦੇ ਅੱਜ ਦੇ ਬਿਆਨ ਨੇ, ਜਿਹੜੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗਿੱਦੜਬਾਹਾ ਤੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਹੈ ਔਰ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਸਿਮਰਨਜੀਤ ਸਿੰਘ ਮਾਨ ਦੇ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਪੋਰਟ ਹਾਸਲ ਹੈ, ਮੈਨੂੰ ਦੀਪ ਸਿੱਧੂ ਦੇ ਭਰਾ ਨਾਲ ਗੱਲ ਕਰਕੇ ਵੀ ਸਪੋਰਟ ਦੀ ਆਸ ਹੈ। ਜੇਕਰ ਮੈਂ ਤੁਹਾਡੇ ਤੋਂ ਇਹਨੂੰ ਸਮਝਾਂ ਕਿ ਹਰ ਜਗ੍ਹਾ ਖਡੂਰ ਸਾਹਿਬ ਹੋ ਸਕਦੀ ਹੈ, ਕਿ ਹਰ ਜਗ੍ਹਾ ਫਰੀਦਕੋਟ ਹੋ ਸਕਦੀ ਹੈ, ਤੁਹਾਨੂੰ ਨਹੀਂ ਲੱਗਦਾ ਕਿ
ਇਹ ਮਾਮਲੇ ਐਡੇ ਸੌਖੇ ਐਡਰੈਸ ਨਹੀਂ ਹੋਣ ਵਾਲੇ। ਸੁਖਰਾਜ ਸਿੰਘ ਨਿਆਮੀਆ ਕਾਫੀ ਦੇਰ ਤੋਂ ਸਟਰਗਲ ਕਰ ਰਹੇ ਨੇ, ਉਹ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ, ਪਰ ਜ਼ਰੂਰੀ ਹੈ ਕਿ ਇੱਥੋਂ ਇਹ ਕਾਮਯਾਬੀ ਹਾਸਲ ਹੋ ਜਾਊ। ਸਿੱਖ ਪੋਲਿਟਿਕਸ ਜਾ ਕਿੱਧਰ ਰਹੀ ਹੈ? ਦੇਖੋ ਮੇਰੇ ਗੱਲ ਪੱਲੇ ਨਹੀਂ ਪੈ ਰਹੀ ਕਿਉਂਕਿ ਇੱਕ ਕੈਂਡੀਡੇਟ ਆਲਰੇਡੀ ਉਸ ਟੀਮ 'ਚ ਹੋਰ ਹੈ, ਉਹ ਵੈਸੇ ਤਾਂ ਪ੍ਰਧਾਨ ਮੰਤਰੀ ਹੈ ਆਪਣੇ, ਬੈਠੇ ਹੈਗੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ। ਵਾਜੇ ਕੇ ਨਹੀਂ, ਅਸੀਂ ਤਾਂ ਪ੍ਰਧਾਨ ਮੰਤਰੀ ਹੁਣ ਵਾਜੇ ਕੇ ਦੇ ਹੈ ਕਿ ਕਿੱਥੋਂ ਦੇ ਮੈਨੂੰ ਇਹ ਨਹੀਂ ਪਤਾ, ਲੇਕਿਨ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਲਿਖਦੇ ਸੀਗੇ। ਹਾਂਜੀ, ਸੋ ਇੱਕ ਪ੍ਰਧਾਨ ਮੰਤਰੀ ਤਾਂ ਆਲਰੇਡੀ ਮੈਦਾਨ ਦੇ ਵਿੱਚ ਹੈ, ਇਸੇ ਸੀਟ ਤੋਂ ਹੈ ਮੇਰਾ ਖਿਆਲ, ਇਸੇ ਤੋਂ ਹੁਣ ਦੋ ਕੈਂਡੀਡੇਟ ਹੋ ਗਏ। ਚਲੋ ਕੋਈ ਗੱਲ ਨਹੀਂ, ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਦੀਪ ਸਿੱਧੂ ਦਾ ਭਰਾ ਲੀਡਰ ਕੌਲ ਤੋਂ ਬਣ ਗਿਆ। ਸੋ ਠੀਕ ਹੈ, ਹਰ ਇੱਕ ਦਾ ਰਾਈਟ ਹੈ ਇਲੈਕਸ਼ਨ ਲੜਨਾ ਕਰਦਾ ਵਾ ਜੀ, ਜਮਹੂਰੀ ਹੱਕ ਹੈ, ਜਿਹੜਾ ਬੰਦਾ ਵੋਟਰ ਹੈਗਾ ਉਹ ਇਲੈਕਸ਼ਨ ਲੜ ਸਕਦਾ। ਅਸੀਂ ਤਾਂ ਇਹਨੂੰ ਐਜ਼ ਵੋਟਰ ਲੈਣਾ, ਵੀ ਐਜ਼ ਵੋਟਰ ਇਲੈਕਸ਼ਨ ਲੜਨ ਦਾ ਹੱਕਦਾਰ ਹੈਗਾ, ਠੀਕ ਹੈ ਆਪਣਾ ਇਲੈਕਸ਼ਨ ਲੜੇ ਅਤੇ ਆਪਣੀ ਕਿਸਮਤ ਅਜਮਾਵੇ, ਕੋਈ ਮਾੜੀ ਗੱਲ ਨਹੀਂ। ਸ਼ਾਇਦ ਅਕਾਲੀ ਦਲ ਜਿਸ ਸਥਿਤੀ 'ਚ ਹੈ ਸਰਦਾਰ ਹਮੀਰ ਸਿੰਘ ਜੀ, ਸੁਖਰਾਜ ਸਿੰਘ ਨੂੰ ਲੱਗ ਰਿਹਾ ਕਿ ਇੱਥੋਂ ਕੁਝ ਹਮਦਰਦੀ ਮਿਲ ਸਕਦੀ ਹੈ, ਇੱਥੋਂ ਉਹ ਨੌਕ ਕਰ ਸਕਦੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਮੁੱਦੇ ਲੈ ਕੇ ਜਾ ਰਿਹਾ, ਇਹ ਪਾਰਟੀਆਂ ਮੁੱਦੇ ਛੱਡ ਚੁੱਕੀਆਂ ਨੇ, ਤਿੰਨ ਸਰਕਾਰਾਂ ਨੇ ਬੇਅਦਬੀ ਵਾਲੇ ਮੁੱਦੇ ਦੇ ਉੱਤੇ, ਗੋਲੀਕਾਂਡ ਵਾਲੇ ਮੁੱਦੇ 'ਤੇ ਕੁਛ ਨਹੀਂ ਕੀਤਾ, ਔਰ ਕਿਸੇ ਵੀ ਪੰਜਾਬ ਦੇ ਮੁੱਦੇ ਉੱਤੇ ਇਹ ਸੀਰੀਅਸ ਨਹੀਂ ਹੈਗੇ। ਸੋ ਮੈਂ ਸੰਜੀਦਾ ਕੈਂਡੀਡੇਟ ਵਜੋਂ ਉੱਥੇ ਜਾ ਰਿਹਾ। ਵੈਸੇ ਤਾਂ ਬਿਨਾਂ ਖੜੇ ਤਾਂ ਮੁੱਦੇ ਉਠਾਉਣ ਤੋਂ ਕੋਈ ਨਹੀਂ ਰੋਕਦਾ, ਜੇਕਰ ਮੁੱਦੇ ਜਨਰਲੀ ਵੀ ਹੋਣੇ, ਸਾਰੇ ਲੋਕ ਮੁੱਦੇ ਕੋਈ ਇਲੈਕਸ਼ਨ 'ਚ ਖੜ ਕੇ ਥੋੜ੍ਹੀ ਉਠਾਉਂਦੇ ਨੇ, ਉਦੋਂ ਬਿਨਾਂ ਵੀ ਤਾਂ ਲਗਾਤਾਰ ਤਾਂ ਨਿਆਮੀਆਂ ਹੋਣੀ ਜਦੋਂ ਮੋਰਚੇ 'ਤੇ ਬੈਠੇ ਸੀਗੇ, ਕੀ ਵਾਅਦਾ ਹੋਇਆ ਉਹਨਾਂ ਨਾਲ, ਜੇ ਉਹ ਵਾਅਦਾ ਪੂਰਾ ਨਹੀਂ ਹੋਇਆ ਤਾਂ ਕਿਹਨੇ ਨਹੀਂ ਕੀਤਾ, ਔਰ ਕਿਸ ਲੈਵਲ 'ਤੇ ਉੱਠੇ, ਇਹਨਾਂ ਚੀਜ਼ਾਂ ਦੇ ਜਵਾਬ ਵੀ ਸਭ ਨੂੰ, ਜਿਹੜੇ ਜਿਹੜੇ ਬੰਦਿਆਂ ਨੇ ਉਹਦੇ ਮੈਂਬਰ ਮੋਰਚੇ ਲਾਏ, ਕਿਸ ਪੁਜੀਸ਼ਨ 'ਚ ਉੱਠੇ ਅਤੇ ਕਿਹੜੀਆਂ ਗੱਲਾਂ ਕਰਕੇ ਉਹ ਅੱਗੇ ਵਧੇ, ਔਰ ਇੱਕ ਕੰਟਰਾਡਿਕਸ਼ਨ ਇਹਨਾਂ ਦੀ ਵੀ ਚੱਲ ਰਹੀ ਹੈ ਆਪਸ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਕਹਿੰਦਾ ਕਿ ਇਹਨਾਂ ਨੇ ਵੀ ਮਾਮਲੇ ਨੂੰ ਖਰਾਬ ਕਰ ਲਈ, ਉਹਨਾਂ ਦਾ ਆਪਣਾ ਦੋਸ਼ ਹੈ, ਇਹਨਾਂ ਦੇ ਆਪਦੇ ਦੋਸ਼ ਨੇ ਉਹਦੇ 'ਤੇ। ਮੋਰਚੇ ਵਾਲਿਆਂ ਦੇ ਵੀ ਆਪਸ ਦੇ ਵਿੱਚ ਇੱਕ ਮਤ ਨਹੀਂ ਨਾ ਹੈ, ਜਿਹੜਿਆਂ ਨੇ ਲਾਏ ਅਲੱਗ ਅਲੱਗ ਟਾਈਪ ਦੇ ਇੱਕ ਦੂਜੇ 'ਤੇ ਹੈਗੇ ਨੇ, ਇਸ ਲਈ ਕਾਫੀ ਮਿਲਗੋਬਾ ਜਿਹਾ ਹੋ ਗਿਆ ਮਾਮਲਾ, ਉੱਡਾ ਕਲੀਅਰ ਮਾਮਲਾ ਨਹੀਂ ਹੈ। ਦੂਜਾ 22 ਇਲੈਕਸ਼ਨਾਂ 'ਚ ਕੀ ਮੁੱਦੇ ਉਠਾ ਦੇਣੇ ਨੇ, ਜਨਰਲ ਇਲੈਕਸ਼ਨ ਆਊਗੀ ਉਹ 'ਚ ਮੁੱਦੇ ਸੁਣੇ ਵੀ ਜਾਂਦੇ ਨੇ ਮਾੜੇ ਮੋਟੇ, 2 ਸਾਲ ਬਿਨਾਂ ਲੜੇ ਕਰ ਲੈਣ ਨਾ ਕੰਪੇਨ ਅਸਲ 'ਚ, ਫਿਰ 22 ਇਲੈਕਸ਼ਨ ਵੇਲੇ ਸ਼ਾਇਦ ਕੋਈ ਇੱਕ ਸਟ੍ਰੀਮ ਹੀ ਅਲੱਗ ਹੋਵੇ, ਅਲੱਗ ਅਲੱਗ ਟਾਈਪ ਦੇ ਬੰਦੇ ਹੋਣ ਖੜੇ ਤੇ ਅਲੱਗ ਟਾਈਪ ਦਾ ਕੋਈ ਸਿਸਟਮ ਲੋਕਾਂ ਨੂੰ ਨਜ਼ਰ ਆਵੇ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਪਰ ਹਰ ਇੱਕ ਦਾ ਜਿਵੇਂ ਕਿ ਰਾਈਟ ਹੈ ਲੜਨ ਤੋਂ ਤਾਂ ਕੋਈ ਨਹੀਂ ਰੋਕਦਾ, ਮੁੱਦਾ ਖੜੇ ਚੋਣਾਂ 'ਚ ਖੜੇ ਹੋ ਕੇ ਵੀ ਉਠਾਇਆ ਜਾ ਸਕਦਾ, ਚੋਣਾਂ 'ਚ ਬਿਨਾਂ ਖੜੇ ਵੀ ਉਠਾਇਆ ਜਾ ਸਕਦਾ, ਮੁੱਦਾ ਤਾਂ ਇਹ ਗੱਲ। ਹਾਂ, ਜੇ ਚੋਣਾਂ 'ਚ ਖੜੇ ਹੋ ਕੇ ਤੁਸੀਂ ਜਿੱਤ ਜਾਂਦੇ ਹੋ, ਜਿੱਤ ਕੇ ਬਹੁਤ ਕੁਛ ਨਵਾਂ ਕਰਨ ਦੀ ਹੈਸੀਅਤ ਰੱਖਦੇ ਹੋ, ਤਾਂ ਇੱਕ ਹਿਸਟਰੀ ਹੈ ਸਿਮਰਜੀਤ ਮਾਨ ਤੋਂ ਲੈ ਕੇ ਵੱਖ ਵੱਖ ਜਿਹੜੇ ਬੰਦੇ ਇਕੱਲੇ ਇਕੱਲੇ ਜਿੱਤੇ ਵੀ ਤੇ ਜਿਹੜੇ ਬੰਦੇ ਆਏ ਵੀ, ਔਰ ਇਦੋਂ ਪਹਿਲਾਂ ਸੰਗਰੂਰ ਦੇ ਵਿੱਚ ਵੀ ਸਿਮਰਜੀਤ ਮਾਨ ਸਾਹਿਬ ਕਿੰਨੇ ਕੁ ਮੁੱਦੇ ਉਠਾਏ ਦੇ, ਰੋਜ਼ ਨਵਾਂ ਪੰਗਾ ਪੈ ਜਾਂਦਾ ਕੰਟਰੋਵਰਸੀ 'ਚ ਕਈ ਮਾਮਲਿਆਂ ਦੇ ਵਿੱਚ, ਤੇ ਉਹ ਵੀ ਆਪਾਂ ਦੇਖਿਆ, ਉਹ ਤਾਂ ਮੇਨ ਨੇ ਨਾ ਮੁੱਦਿਆਂ 'ਤੇ ਚੱਲ ਰਹੇ ਨੇ ਵੀ ਆਪਾਂ ਤਾਂ ਮੁੱਦਾ ਹੀ ਇੱਕ ਹੈ, ਆਪਾਂ ਉਹੀ ਉਠਾਉਣਾ ਹੈ, ਔਰ ਮੈਂਬਰ ਪਾਰਲੀਮੈਂਟ 3 ਵਾਰ ਬਣ ਗਏ ਉਹ, ਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਬਣ ਰਹੇ ਨੇ, ਜੇਕਰ ਕਿ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਡੇ ਨਾਲ ਹਾਂ, ਤਾਂ ਇਹ ਗੱਲ ਸਮਝ ਨਹੀਂ ਆ ਰਹੀ। ਪਹਿਲਾਂ ਕਲੈਰਿਟੀ ਅਜੇ ਨਜ਼ਰ ਨਹੀਂ ਆਉਂਦੀ, ਜੇ ਕਲੈਰਿਟੀ ਆ ਜਾਊਗੀ ਉਦੋਂ ਬਾਅਦ ਤਾਂ ਦੇਖਿਆ ਜਾਊਗਾ, ਕੋਈ ਟਿੱਪਣੀ ਹੋਰ ਹੋ ਸਕਦੀ ਜੀ, ਕਿਉਂਕਿ ਸਿੱਖ ਪੋਲਿਟਿਕਸ ਵਿੱਚ ਲਗਾਤਾਰ ਹੀ ਸੰਘਣਾ ਹੋ ਰਿਹਾ ਜਿਹੜਾ ਖੜਾ, ਤੇ ਮੈਨੂੰ ਲੱਗਦਾ ਉੱਥੋਂ ਉਹਨੂੰ ਭਰਨ ਦੇ ਆਰ ਵਿੱਚ ਵੀ ਲੱਗੇ ਹੋਏ ਆ ਲੋਕ ਕਿ ਇਸ ਜਗ੍ਹਾ ਤੋਂ ਕੁਝ ਨਵਾਂ ਰਸਤਾ ਨਿਕਲ ਆਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ ਜੀ, ਸ਼ੁਕਰੀਆ ਜੀ।